ਅੱਲਾ ਮਾਫ ਕਰੇ ਜ਼ਿੰਦਗੀ ਚ ਅਸੀਂ ਤੇ ਮਾਸ਼ਾਅੱਲਾ ਜੀ ਸਾਰੇ ਸਿਹਤ ਦੀ ਅੱਛੀ ਤਰ੍ਹਾਂ ਸਾਫ ਸਫਾਈ ਕਰਤੀ ਹੈਗੀ। ਓਕੇ ਹੋ ਗਿਆ ਜੀ, ਤੇ ਇਹ ਵੀ ਓਕੇ ਹੋ ਗਿਆ। ਉਹ ਅੱਬੂ ਜਾਨ ਦਾ ਕਾਰੋਬਾਰ ਹੋਣਾ, ਉਹ ਅੱਬੂ ਜਾਨ ਨੇ ਸੰਭਾਲਣਾ, ਉਹਦੀ ਰੋਡ ਤੇ ਦੁਕਾਨ ਬਣੇਗੀ, ਇੱਥੇ ਨਹੀਂ। ਛੱਡ ਦੇ ਚੱਲ। ਮਾਸ਼ਾਅੱਲਾ ਅੱਬੂ ਜਾਨ ਬਹੁਤ ਪਿਆਰੇ ਪਰੋਠੇ। ਬੱਕਰੀਆਂ ਵੀ ਇੱਥੋਂ ਘਾਸ ਖਾ ਲੈਂਦੀਆਂ ਨੇ। ਵੈਲਕਮ ਬੈਕ ਜੀ, ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਨਾਲ? ਤਮਾਮ ਭੈਣ ਭਾਈਆਂ ਦਾ ਸਿਮੇਤ ਕਹਿੰਦੇ ਹਾਂ ਸਾਡੇ ਦੇਖਣ ਨਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਫਿਰ ਦਿਨ ਤਾਂ ਹੋ ਹੀ ਗਿਆ ਹੈਗਾ, ਲੇਕਿਨ ਰਾਤ ਨੂੰ ਜਿਹੜਾ ਅਸੀਂ ਲਾਹੌਰ ਦਾ ਸਫ਼ਰ ਕਰਕੇ ਆਏ ਹਾਂ, ਅੱਲਾ ਮਾਫ਼ ਕਰੇ, ਜ਼ਿੰਦਗੀ 'ਚ ਅਸੀਂ ਕਦੀ ਸਫ਼ਰ ਨਹੀਂ ਭੁੱਲਾਂਗੇ, ਕਿਉਂਕਿ ਰਾਤ ਨੂੰ ਜਿਤਨਾ ਅਸੀਂ ਸਾਹੀਵਾਲ 'ਚ ਪਰੇਸ਼ਾਨ ਹੋਇਆ ਨਾ, ਇਤਨਾ ਜ਼ਿੰਦਗੀ 'ਚ ਕਿਧਰੇ ਨਹੀਂ ਹੋਇਆ। ਤਕਰੀਬਨ 3 ਘੰਟੇ ਅਸੀਂ ਸਾਹੀਵਾਲ ਖੜ੍ਹੇ ਰਹਾਂਗੇ ਕਿ ਕੋਈ ਨਾ ਕੋਈ ਤਾਂ ਬੱਸ ਸਾਡੇ ਇਲਾਕੇ ਦੀ ਆ ਜਾਵੇਗੀ। ਉੱਥੇ ਸਾਹੀਵਾਲ ਦੇ ਅੱਡੇ ਬੱਸ ਹੀ ਨਹੀਂ ਗਈ, ਵੱਡਾ ਅੱਡਾ ਹੈਗਾ ਸਾਹੀਵਾਲ ਦਾ ਬੱਸਾਂ ਵਾਲਾ, ਉੱਥੇ ਪਰਾਂ ਸਿਆਲਕੋਟ ਦੀਆਂ ਬੱਸਾਂ ਕੋਈ ਜਾ ਰਹੀਆਂ, ਕੋਈ ਇੱਧਰ ਨੂੰ ਜਾ ਰਹੀਆਂ, ਲੇਕਿਨ ਇੱਦੇ ਫੈਸਲਾਬਾਦ ਦੀ ਬੱਸ ਨਹੀਂ ਸਾਨੂੰ ਮਿਲੀ ਸਾਹੀਵਾਲ 'ਚੋਂ, ਅਸੀਂ ਹੈਰਾਨ ਹੋ ਗਏ। ਰਾਤ ਨੂੰ ਫਿਰ ਜਿਹੜੀ ਆਖਰੀ ਬੱਸ ਆਉਂਦੀ ਨਾ, ਉਹ ਕਿਧਰੇ ਪਰਾਂ ਨੂੰ ਮੁੜੀ ਹੈਗੀ, ਅਤੇ ਉਹਦੇ 'ਤੇ ਅਸੀਂ ਆਏ ਸੀਗੇ। ਤਕਰੀਬਨ ਰਾਤ ਨੂੰ 1:30 ਵਜੇ ਅਸੀਂ ਘਰ ਪਹੁੰਚੇ ਆਂਗੇ, ਲੇਕਿਨ ਅੱਲਾ ਸ਼ੁਕਰ ਹੈ ਰਾਤ ਨੂੰ ਘਰ ਪਹੁੰਚ ਗਿਆ, ਨਹੀਂ ਤਾਂ ਉੱਥੇ ਕਿਧਰੇ ਉਹ ਫੁੱਟਪਾਥ 'ਤੇ ਸੁੱਤੇ ਪਏ ਹੁੰਦੇ, ਕਿਉਂਕਿ ਫਿਰ ਉੱਥੇ ਕੋਈ ਜਾਣ ਵਾਲਾ ਸਾਹੀਵਾਲ ਸਾਨੂੰ ਹੈਗਾ ਸੀ ਨਹੀਂ। ਵੈਸੇ ਕੋਈ ਵੀਵਰ ਸੀ, ਬੰਦਾ ਵੀਵਰਾਂ ਦੇ ਘਰ ਜਾਂਦਾ ਚੰਗਾ ਨਹੀਂ ਲੱਗਦਾ। ਉਦੋਂ ਸਭ ਤੋਂ ਪਹਿਲੇ ਤਾਂ ਇਸ ਵਿਲਾਗ ਦੇ ਵਿੱਚ ਮੈਂ ਮਾਜ਼ਰਤ ਕਰਨਾ ਹੈਗਾ, ਜਿਹੜੇ ਮੇਰੇ ਲਾਹੌਰ ਦੇ ਵੀਵਰ ਨੇਗੇ ਸਾਰੇ ਨਾਰਾਜ਼ ਹੋ ਰਹੇ ਸੀ ਰਾਤ ਨੂੰ, ਇਤਨੀਆਂ ਜ਼ਿਆਦਾ ਵਾਇਸਾਂ ਆਈਆਂ ਹੋਈਆਂ ਸੀ। ਅੰਮੀ ਜਹਾਨ ਨੇ ਕਿਧਰੇ ਪਹਿਲੇ ਵਿਲਾਗ ਅਪਲੋਡ ਕਰਤਾ, ਅਤੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਹਸਨ ਤੂੰ ਲਾਹੌਰ ਆਇਆ ਹੋਇਆ, ਹੁਣ ਤੂੰ ਸਾਡੇ ਲਈ ਨਾ ਆਇਆ ਤਾਂ ਫਿਰ ਦੇਖ ਲਈ, ਅਸੀਂ ਤੇਰਾ ਵਿਲਾਗ ਹੀ ਦੇਖਣਾ ਛੱਡ ਦੇਣਾ। ਮੈਂ ਕਿਹਾ ਨਹੀਂ ਆਂਟੀ ਜੀ, ਅਸੀਂ ਫੈਮਿਲੀ ਨਾਲ ਆਉਂਦੇ ਤਾਂ ਫਿਰ ਹੀ ਤੁਹਾਡੇ ਘਰ ਆਉਣਾ ਅੱਛਾ ਹੁੰਦਾ, ਹੁਣ ਅਸੀਂ ਪਿਓ ਪੁੱਤਰ ਦੋਨੇ ਆਏ ਹਾਂ, ਇਸ ਤਰ੍ਹਾਂ ਨਾ ਕਿਸੇ ਪਰਾਏ ਦੇ ਘਰ ਜਾਣਾ ਅੱਛਾ ਨਹੀਂ ਲੱਗਦਾ, ਉਹ ਵੀ ਮਰਦ ਹੋਵਣ ਨਾਲ ਫੈਮਿਲੀ ਹੋਏ ਫਿਰ ਠੀਕ ਹੁੰਦਾ ਹੈਗਾ। ਇਨਸ਼ਾਅੱਲਾ ਤਾਲਾ ਨੈਕਸਟ ਟਾਈਮ ਜਦੋਂ ਆਏ ਨਾ, ਫਿਰ ਇਨਸ਼ਾਅੱਲਾ ਤਾਲਾ ਲਾਹੌਰ ਜਿਤਨੇ ਵੀਵਰ ਨੇ ਸਾਰਿਆਂ ਨੇ ਮਿਲ ਕੇ ਆਵਾਂਗੇ। ਮਾਸ਼ਾਅੱਲਾ ਅੱਜ ਮੌਸਮ ਵੀ ਬਹੁਤ ਪਿਆਰਾ ਬਣਿਆ ਹੋਇਆ ਹੈਗਾ, ਅਤੇ ਇਹ ਬੱਦਲਾਂ ਜਿਹਾ ਟੋਟਾ ਹੈ ਨਾ ਕਿਧਰੇ ਹੀ ਵੱਸ ਸਕਦਾ ਹੈਗਾ, ਅਸਮਾਨ ਦੇ ਬੱਦਲ ਦੇਖੋ ਕਿਤਨੇ ਪਿਆਰੇ ਨੇਗੇ। ਅਤੇ ਅੰਮੀ ਜਾਨ ਜਿਹੜੀਆਂ ਨੇ ਉਹ ਇੱਦਾਂ ਹੀ ਦੁਪਹਿਰ ਟਾਈਮ ਦਾ ਖਾਣਾ ਪਕਾਉਣੇ ਮਸਰੂਫ ਨੇ ਜੀ। ਪਰਾਂਠੇ ਪਕਾ ਰਹੇ ਹੋ ਕਿ ਸਾਦਾ ਹੀ ਰੋਟੀਆਂ? ਮੈਨੂੰ ਤਾਂ ਨਹੀਂ ਨੀਂਦਰ ਆਈ, ਮੈਂ ਸਰ ਰਾਤ ਨੀ ਸੁੱਤਾ ਹਾਂਗੇ, ਲੇਕਿਨ ਦਿਲ ਹੀ ਨਹੀਂ ਕੀਤਾ ਖਾਣਾ ਖਾਵਣ ਕਾ। ਅੱਬੂ ਜਾਨ ਜੇ ਆਉਣ ਤਾਂ ਲੋ ਹੀ ਸੋ ਗਏ ਸੀਗੇ। ਮੈਂ ਕਹਿੰਦਾ ਅੰਮੀ ਜਾਨ 12 ਵਜੇ ਤੋਂ ਬਾਅਦ ਉੱਠਦਾ ਰਹਾਂ ਤੇ ਫਿਰ ਮੈਨੂੰ ਨੀਂਦਰ ਨਹੀਂ ਆਉਂਦੀ ਹੈਗੀ, 12 ਵਜੇ ਟਾਈਮ ਟੱਪ ਜਾਵੇ ਨਾ ਇੱਕ ਵਾਰ, ਚਾਹੇ ਕੋਈ ਵੀ ਕੰਮ ਹੋਣ, ਤੁਹਾਨੂੰ ਪਤਾ ਵੀਡੀਓ ਅਪਲੋਡ ਕਰਨੀ ਹੁੰਦੀ ਨਾ, ਮੇਰੀ ਆਦਤ ਬਣੀ ਵੀਡੀਓ ਅਪਲੋਡ ਕਰਨੀ ਹੁੰਦੀ 10 ਵਜੇ ਤੋਂ ਪਹਿਲੇ ਹੋ ਜਾਵੇ ਰਾਤ ਨੂੰ ਜਦੋਂ 12 ਵਜਦੇ ਨਾ, 12 ਵਜੇ ਅਗਰ ਮੈਂ ਨਹੀਂ ਨੀਂਦਰ ਆਈ ਤਾਂ ਫਿਰ ਸਾਰੀ ਰਾਤ ਨਹੀਂ ਮੈਂ ਸੌਂਦਾ ਆ ਗਿਆ। ਕਾਫੀ ਵੀਵਰ ਰਾਤ ਨੂੰ ਨਾ ਮੈਂ ਮੈਸੇਜ ਭੇਜ ਦਿੰਦਾ ਹੁੰਦਾ ਸਾਰਿਆਂ ਵਾਲੇ ਸੁਬਹਾ ਵਾ ਖੈਰ ਦਾ, ਉਹ ਕਹਿੰਦੇ ਨਾ ਸਰ ਹਾਲੀ ਤੱਕ ਰਾਤ ਹੋਈ ਹੈ ਕਿ ਤੂੰ ਸੁਬਹਾ ਦਾ ਹੀ ਮੈਸੇਜ ਭੇਜਦਾ ਹੈਗਾ, ਜਿਹੜੇ ਜਾਗਦੇ ਹੁੰਦੇ ਫਿਰ ਉਹ ਮੇਰੇ ਪੁੱਛਦੇ ਨਹੀਂ। ਮੈਂ ਕਹਿੰਦਾ ਨੀਂਦਰ ਨਹੀਂ ਆ ਰਹੀ ਸੀ, ਮੈਂ ਕਿ ਸਾਰਿਆਂ ਨੂੰ ਮੈਸੇਜ ਤਾਂ ਭੇਜੀਏ ਨਾ ਸੁਬਹਾ ਵਾ ਖੈਰ ਦਾ। ਓਕੇ ਹੋ ਗਿਆ, ਬਾਕੀ ਅੰਮੀ ਜਾਨ ਪਕਾਓ ਹੁਣ ਰੋਟੀ, ਮੈਨੂੰ ਹੀ ਬੜੀ ਭੁੱਖ ਲੱਗੀ ਹੋਈ ਹੈਗੀ। ਹਾਂ ਚਲੋ ਓਕੇ ਹੋ ਗਿਆ। ਅੱਬੂ ਜਾਨ ਹੀ ਹੋਣਾ ਨਹੀਂ ਜਾਗੇ, ਹੁਣ ਹੀ ਜਾਗੇ ਹੋ ਨਾ ਤੁਸੀਂ ਵੀ, ਇਹ ਵੀ ਰਾਤ ਨੂੰ ਅਲੱਗ ਸੁੱਤੇ ਰਹੇ ਨੇ, ਫਿਰ ਵੀ ਨਾ ਥਕਾਵਟ ਇੰਨੀ ਜ਼ਿਆਦਾ ਸੀ। ਜਿਹੜਾ ਉੱਥੋਂ ਅਸੀਂ ਆਇਆ ਨਾ ਸਾਹੀਵਾਲ ਤੋਂ ਅੱਗੇ ਇੱਥੇ ਆਪਣੇ ਅੱਡੇ 'ਤੇ, ਤਕਰੀਬਨ ਅੱਬੂ ਜਾਨ 24 ਕਿਲੋਮੀਟਰ ਸਫ਼ਰ ਹੈ ਨਾ ਲਾਹੌਰ ਤੋਂ ਆਉਣ ਦਾ, ਜਾਵਣ ਦਾ ਤੇ ਉਧਰੋਂ ਆਉਣ ਦਾ ਡਬਲ ਸਫ਼ਰ ਸੀ, ਕੋਈ ਥਕਾਵਟ ਨਹੀਂ ਆਏਗੀ। ਲੇਕਿਨ ਜਦੋਂ ਇੱਥੋਂ ਅੱਗੇ ਆਇਆ ਨਾ, ਓਏ ਹੋਏ ਹੋਏ, ਯਕੀਨ ਕਰ ਜੋ ਇੰਝ ਲੱਗਦਾ ਹੈਗਾ ਜਿਵੇਂ ਹਵਾਈ ਜਹਾਜ਼ 'ਤੇ ਬੈਠ ਗਿਆ, ਕੋਈ ਉਹਨਾਂ ਨੇ ਬ੍ਰੇਕ ਨਹੀਂ ਲਾਉਣੀ ਹੁੰਦੀ ਅੱਬੂ ਜਾਨ,
ਜਿਹੜਾ ਅੱਗੋਂ ਕੋਈ ਆਉਂਦਾ ਗੱਡੀ ਵਾਲਾ ਆਵੇ ਮੋਟਰਸਾਈਕਲ ਆਪਣੇ ਆਪ ਹੀ ਹਟਾ ਲੈਂਦਾ, ਡਰ ਕੇ ਦੂਰੋਂ ਹੀ ਹਾਰਨ ਮਾਰਦੇ ਨੇਗੇ। ਨਿਊ ਚੌਧਰੀ ਜਿਹੜੀ ਗੱਡੀ ਹੈ ਨਾ ਤਬਾਹੀ ਵਾਲੀ ਹੈਗੀ। ਮੈਂ ਕਹਿੰਦਾ ਪੀ ਆਈ ਦਾ ਜਹਾਜ਼ ਹੈ ਅਤੇ ਨਿਊ ਚੌਧਰੀ ਦੀ ਗੱਡੀ 'ਚ ਕੋਈ ਫਰਕ ਨਹੀਂ ਹੈਗਾ, ਕਿਉਂਕਿ ਪੀ ਆਈ ਦੀ ਇਹ ਨਹੀਂ ਵਾਰੰਟੀ ਕਿ ਉਹਨੇ ਕਦੋਂ ਕਰੈਸ਼ ਹੋ ਜਾਣਾ, ਅਤੇ ਜਿਹੜੇ ਨਿਊ ਚੌਧਰੀ ਦੀ ਕੋਈ ਵਾਰੰਟੀ ਨਹੀਂ ਕਿੱਥੇ ਇਹਨੇ ਐਕਸੀਡੈਂਟ ਕਰ ਦੇਣਾ। ਅੱਲਾ ਮਾਫ਼ ਕਰੇ, ਮੈਂ ਆਪਣੀ ਅੱਖਾਂ ਨਾਲ ਦੇਖਿਆ ਸੀ ਸਾਡੀ ਦੁਕਾਨ ਦੇ ਅੱਗੇ 3-4 ਵਾਰੀ ਐਕਸੀਡੈਂਟ ਹੋਇਆ, ਅਤੇ ਜਿਹੜਾ ਬੰਦਾ ਵੇ ਲੱਗਦਾ ਹੈ ਨਾ ਉਹਦਾ ਕੁਛ ਨਹੀਂ ਬਚਦਾ। ਬਾਕੀ ਸਲੈਨ ਤੂੰ ਵੀ ਖਾ ਲਾ ਖਾਣਾ, ਫਿਰ ਲਿਖ ਲਈ ਕੰਮ ਸਕੂਲ ਦਾ। ਅਸਲੈਨ ਸਾਹਿਬ ਅੱਜ ਸਕੂਲ ਗਿਆ ਸੀ, ਉਹਨਾਂ ਨੂੰ ਛੁੱਟੀ ਹੋਈ? ਹਾਂ ਉਹ ਨਹੀਂ ਆਇਆ ਹੈਗਾ, ਉੱਧਰ ਕੰਮ ਲਿਖ ਰਿਹਾ ਆਪਣਾ ਸਕੂਲ ਦਾ। ਆਹ ਨੂਰ ਦੇ ਕੰਮ ਦੇਖੋ, ਖਾਣਾ ਖਾਵਣ ਬਹਿ ਗਈਆਂ ਤੈਨੂੰ, ਹੈਂ ਕੰਮ ਨਹੀਂ ਲਿਖਣਾ ਤੂੰ, ਲਿਖ ਲਿਆ। ਕਹਿੰਦੀ ਵੀ ਲਿਖ ਵੀ ਲਿਆ ਮੈਂ ਕੰਮ ਵਾ, ਹੁਣ ਸਕੂਲੋਂ ਆਉਂਦਾ ਨਾ ਲਿਖ ਲਿਆ, ਉੱਥੇ ਸਕੂਲੇ ਹੀ ਲਿਖ ਲਿਆ ਸੀ ਸਕੂਲੇ। ਹਾਂ ਜਿੱਥੇ ਜਦੋਂ ਵਿਹਲੇ ਹੁੰਦੇ ਨਾ ਫਿਰ ਲਿਖ ਲੈਂਦੇ ਨੇ, ਕਿਉਂਕਿ ਨੂਰ ਨੇ ਖੇਲਣਾ ਨਹੀਂ ਹੁੰਦਾ ਹੈਗਾ, ਸਨੈਨ ਜਿਹੜਾ ਦੋਸਤਾਂ ਨਾਲ ਖੇਲਦਾ ਰਹਿੰਦਾ, ਉਹਨੇ ਲਿਖਿਆ ਨਹੀਂ ਹੋਣਾ। ਮੈਂ ਵੀ ਐਵੇਂ ਕਰ ਲੈਂਦਾ ਸੀ ਜਦੋਂ ਮੈਨੂੰ ਸਕੂਲ ਦਾ ਕੰਮ ਮਿਲਦਾ ਸੀ, ਜਦੋਂ ਵਿਹਲਾ ਪੀਰੀਅਡ ਹੁੰਦਾ ਸੀ ਉਹਦੇ ਲਿਖ ਲੈਂਦਾ ਹੁੰਦਾ ਸੀਗਾ। ਜੀ ਜੀ ਜੀ, ਫਿਰ ਅੱਜ ਦੇ ਮੇਨ ਟੋਪਿਕ 'ਤੇ, ਕਿਉਂਕਿ ਅੱਜ ਹੀ ਜਿਵੇਂ ਕਿ ਤੁਹਾਡੇ ਨਾਲ ਪਰਸੋਂ ਮੈਂ ਵਾਅਦਾ ਕੀਤਾ ਸੀਗਾ ਕਿ ਆਪਣੇ ਸਟੋਰੂਮ ਦੀ ਅੰਦਰੋਂ ਸਫਾਈ ਕਰਨੀ ਹੈਗੀ, ਮੈਂ ਸੋਚ ਰਿਹਾ ਪਹਿਲਾਂ ਦੀ ਸਫਾਈ ਕਰ ਲਈ, ਕੱਪੜੇ ਵਗੈਰਾ ਮੈਂ ਚੇਂਜ ਕਰ ਲੈਣਾ, ਬਲਕਿ ਖਾਣਾ ਵਗੈਰਾ ਖਾ ਕੇ ਉਸ ਤੋਂ ਬਾਅਦ ਹੀ ਲੱਗਣਾ ਹੈਗਾ ਸਫਾਈ ਨੂੰ। ਅਮਜਾਨ ਉਹ ਨਾ ਵੇ ਖਾਣੇ ਤੋਂ ਬਾਅਦ ਕੋਈ ਹੋਰ ਕੰਮ ਆਇਆ, ਮੈਂ ਕਿਹਾ ਉਹ ਕੰਮ ਕਰਕੇ ਉਸ ਤੋਂ ਬਾਅਦ ਹੀ ਲੱਗਣਾ ਸਫਾਈ ਨੂੰ। ਅਗਲੇ ਦਿਨ ਜਿੱਦਾਂ ਆਬੂ ਜਾਣ ਕਵਣ, ਨਹੀਂ ਹੁਣ ਪੁੱਤਰ ਰਾਤ ਹੋ ਗਈ, ਹੁਣ ਤੂੰ ਉਂਝ ਹੀ ਰਹਿਣ ਦੇ, ਬਸ ਜਲਦੀ ਮੈਨੂੰ ਖਾਣਾ ਦਿਓ ਅਤੇ ਮੈਂ ਖਾਣਾ ਖਾ ਕੇ ਉਸ ਤੋਂ ਬਾਅਦ ਜਾਣਾ ਫਿਰ ਸਫਾਈ ਕਰਾਂ ਦੀ। ਮਾਸ਼ਾਅੱਲਾ ਅਮਜਾਨ ਬਹੁਤ ਪਿਆਰੇ ਪਰੌਂਠੇ ਪਕਾ ਰਹੀਆਂ ਨੇਗੀਆਂ, ਅਤੇ ਮੈਨੂੰ ਰੋਟੀ ਮਿਲ ਗਈ ਹੈਗੀ, ਮੈਂ ਵੀ ਉੱਥੇ ਅੰਦਰ ਜਾ ਕੇ ਬੈਠ ਕੇ ਖਾਣਾ ਹੈਗਾ। ਅਲਹਮਦੁਲਿਲਾ ਜੀ, ਮੈਂ ਤਾਂ ਖਾਣਾ ਖਾ ਲਿਆ, ਅਮਜਾਨ ਲਾਸਟ 'ਤੇ ਖਾਣਾ ਖਾਂਦੀਆਂ ਹੁੰਦੀਆਂ, ਕਿਉਂਕਿ ਸਾਰਿਆਂ ਨੂੰ ਇਹਨਾਂ ਨੇ ਰੋਟੀ ਪਕਾ ਕੇ ਦੇਣੀ ਹੁੰਦੀ, ਅਤੇ ਉਸ ਤੋਂ ਬਾਅਦ ਫਿਰ ਖਾਣਾ ਖਾਂਦੀਆਂ ਨੇਗੀਆਂ। ਅਤੇ ਉਦੋਂ ਮੈਂ ਹੁਣ ਆਪਣੇ ਕੱਪੜੇ ਵਗੈਰਾ ਚੇਂਜ ਕਰਨਾ, ਉਸ ਤੋਂ ਬਾਅਦ ਫਿਰ ਕੰਮ ਨੂੰ ਲੱਗੇ, ਕਿਉਂਕਿ ਇਹਨਾਂ ਕੱਪੜੇ ਕੰਮ ਨਹੀਂ ਕਰ ਸਕਣੇ ਆਗੇ, ਕਿਧਰੇ ਆਉਣ ਜਾਣ ਵਾਸਤੇ ਕੱਪੜੇ ਰੱਖੇ ਹੋਏ ਨੇਗੇ। ਅਤੇ ਮੁਰਗੀਆਂ ਜਿਹੜੀਆਂ ਸੁਬਹਾ ਅੰਮੀ ਜਾਣ ਉਹਨਾਂ ਨੇ ਇਹਨਾਂ ਨੂੰ ਕੱਢਿਆ ਸੀ, ਫਿਰ ਡੱਕ ਤਾਂ ਹੁਣ ਇਹਨਾਂ ਨੂੰ ਕੱਢ ਦੇਈਏ ਅਤੇ ਫਿਰ ਦਾਣੇ ਵਗੈਰਾ ਜੇ ਇਹਨੇ ਚੁੱਕ ਲੈਣਗੇ। ਉੱਠ ਜਾ, ਬਿਮਾਰ ਤਾਂ ਨਹੀਂ ਹੋਈ ਪਈ? ਚਲੋ ਤੁਸੀਂ ਵੀ ਛੁੱਟੀ ਕਰੋ। ਇੱਦਾਂ ਆ ਸਾਰੇ ਮੁਰਗੇ ਟੱਕੇ ਹੋਏ ਨੇ, ਤਾਂ ਉਹ ਮੁਰਗੀਆਂ ਸੀਗੀਆਂ। ਚਲੋ ਜੀ ਓਕੇ ਹੋ ਗਿਆ। ਆਬੂ ਜਾਨ ਸੁਬਹਾ ਸੁਬਹਾ ਬੱਕਰੀਆਂ ਵਾਸਤੇ ਘਾਸ ਹੀ ਲਿਆਇਆ ਸੀ, ਕੱਲ੍ਹ ਜਿਹੜਾ ਕੁਛ ਪਿਆ ਸੀਗਾ ਬੱਕਰੀਆਂ ਨੇ ਖਾਧਾ, ਲੇਕਿਨ ਸੈਕਿੰਡ ਟਾਈਮ ਇਹਨਾਂ ਨੂੰ ਬੜੀ ਭੁੱਖ ਲੱਗੀ ਜਦੋਂ ਅਸੀਂ ਆਇਆ ਨਾ ਰਾਤ ਟਾਈਮ, ਮੈਂ ਦੇਖਿਆ ਸੀ ਭੁੱਖ ਇਹਨਾਂ ਨੂੰ ਬਹੁਤ ਜ਼ਿਆਦਾ ਲੱਗੀ। ਫਿਰ ਕੁਛ ਥੱਲੇ ਤਾਂ ਪਿਆ ਸੀ ਸੁੱਕਾ ਘਾਹ ਸੀ, ਉਹ ਵੀ ਇਹਨਾਂ ਨੂੰ ਪਾਇਆ ਤਾਂ ਉਹ ਹੀ ਖਾ ਗਈਆਂ ਸੀ। ਸੁਬਹਾ ਆਬੂ ਜਾਨ ਉੱਠਦੇ ਆ, ਲਾਓ ਜੀ ਪਹਿਲੇ ਗਏ ਨੇ ਇਹਨਾਂ ਵਾਸਤੇ ਘਾਸ ਲੈ ਕੇ ਆਏ ਨੇ, ਉਧਰੋਂ ਆ ਕੇ ਫਿਰ ਸੌ ਗਏ ਨੇ, ਆਉਣ ਗੇਡੇ ਜੇ ਉੱਠੇ ਨੇ ਖਾਣਾ ਖਾਣ ਤੋਂ ਪਹਿਲੇ। ਚਲੋ ਕੋਈ ਨਾ, ਬਾਕੀ ਮੈਂ ਵੀ ਹੁਣ ਫਿਰ ਨਾ ਕੱਪੜੇ ਵਗੈਰਾ ਚੇਂਜ ਕਰਕੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ। ਇੱਥੇ ਆਬੂ ਜਾਨ ਕੋਈ ਬੈਠ ਜਾਣਾ, ਬਾਹਰ ਸੋਫਿਆਂ 'ਤੇ ਬੈਠਾ, ਸੋਫੇ ਗੰਦੇ ਹੋ ਜਾਣੇ ਨੇ। ਅਲਹਮਦੁਲਿਲਾ ਜੀ, ਮੈਂ ਤਾਂ ਖਾਣਾ ਖਾ ਲਿਆ, ਅਮਜਾਨ ਲਾਸਟ 'ਤੇ ਖਾਣਾ ਖਾਂਦੀਆਂ ਹੁੰਦੀਆਂ, ਕਿਉਂਕਿ ਸਾਰਿਆਂ ਨੂੰ ਇਹਨਾਂ ਨੇ ਰੋਟੀ ਪਕਾ ਕੇ ਦੇਣੀ ਹੁੰਦੀ, ਅਤੇ ਉਸ ਤੋਂ ਬਾਅਦ ਫਿਰ ਖਾਣਾ ਖਾਂਦੀਆਂ ਨੇਗੀਆਂ। ਅਤੇ ਉਦੋਂ ਮੈਂ ਹੁਣ ਆਪਣੇ ਕੱਪੜੇ ਵਗੈਰਾ ਚੇਂਜ ਕਰਨਾ, ਉਸ ਤੋਂ ਬਾਅਦ ਫਿਰ ਕੰਮ ਨੂੰ ਲੱਗੇ, ਕਿਉਂਕਿ ਇਹਨਾਂ ਕੱਪੜੇ ਕੰਮ ਨਹੀਂ ਕਰ ਸਕਣੇ ਆਗੇ, ਕਿਧਰੇ ਆਉਣ ਜਾਣ ਵਾਸਤੇ ਕੱਪੜੇ ਰੱਖੇ ਹੋਏ ਨੇਗੇ। ਅਤੇ ਮੁਰਗੀਆਂ ਜਿਹੜੀਆਂ ਸੁਬਹਾ ਅੰਮੀ ਜਾਣ ਉਹਨਾਂ ਨੇ ਇਹਨਾਂ ਨੂੰ ਕੱਢਿਆ ਸੀ, ਫਿਰ ਡੱਕ ਤਾਂ ਹੁਣ ਇਹਨਾਂ ਨੂੰ ਕੱਢ ਦੇਈਏ ਅਤੇ ਫਿਰ ਦਾਣੇ ਵਗੈਰਾ ਜੇ ਇਹਨੇ ਚੁੱਕ ਲੈਣਗੇ। ਉੱਠ ਜਾ, ਬਿਮਾਰ ਤਾਂ ਨਹੀਂ ਹੋਈ ਪਈ? ਚਲੋ ਤੁਸੀਂ ਵੀ ਛੁੱਟੀ ਕਰੋ। ਇੱਦਾਂ ਆ ਸਾਰੇ ਮੁਰਗੇ ਟੱਕੇ ਹੋਏ ਨੇ, ਅਤੇ ਉਹ ਮੁਰਗੀਆਂ ਸੀਗੀਆਂ। ਚਲੋ ਜੀ ਓਕੇ ਹੋ ਗਿਆ। ਆਬੂ ਜਾਨ ਸੁਬਹਾ ਸੁਬਹਾ ਬੱਕਰੀਆਂ ਵਾਸਤੇ ਘਾਸ ਹੀ ਲਿਆਇਆ ਸੀ, ਕੱਲ੍ਹ ਜਿਹੜਾ ਕੁਛ ਪਿਆ ਸੀਗਾ ਬੱਕਰੀਆਂ ਨੇ ਖਾਧਾ, ਲੇਕਿਨ ਸੈਕਿੰਡ ਟਾਈਮ ਇਹਨਾਂ ਨੂੰ ਬੜੀ ਭੁੱਖ ਲੱਗੀ ਜਦੋਂ ਅਸੀਂ ਆਇਆ ਨਾ ਰਾਤ ਟਾਈਮ, ਮੈਂ ਦੇਖਿਆ ਸੀ ਭੁੱਖ ਇਹਨਾਂ ਨੂੰ ਬਹੁਤ ਜ਼ਿਆਦਾ ਲੱਗੀ। ਫਿਰ ਕੁਛ ਥੱਲੇ 'ਤੇ ਪਿਆ ਸੀ ਸੁੱਕਾ ਘਾਹ ਸੀ, ਉਹ ਵੀ ਇਹਨਾਂ ਨੂੰ ਪਾਇਆ ਤਾਂ ਉਹ ਹੀ ਖਾ ਗਈਆਂ ਸੀ।
ਸੁਬਾਹ ਬੁਝਾਣ ਉੱਠਦੇ ਆ, ਲਓ ਜੀ ਪਹਿਲੇ ਗਏ ਨੇ ਇਹਨਾਂ ਵਾਸਤੇ ਗਾਸ ਲੈ ਕੇ ਆਏ ਨੇ, ਉਧਰੋਂ ਆ ਕੇ ਫਿਰ ਸੋ ਗਏ ਨੇ, ਆਉਣ ਗੇਟੇ ਜੇ ਉੱਠੇ ਨੇ ਖਾਣਾ ਖਾਣ ਤੋਂ ਪਹਿਲੇ। ਚਲੋ ਕੋਈ ਨਾ, ਬਾਕੀ ਮੈਂ ਵੀ ਹੁਣ ਫਿਰ ਨਾ ਕੱਪੜੇ ਵਗੈਰਾ ਚੇਂਜ ਕਰਕੇ ਉਸ ਤੋਂ ਬਾਅਦ ਤੋਂ ਮਿਲਦੇ ਹਾਂ। ਕੱਪੜੇ ਕੁੱਪੜੇ ਜੀ ਮੈਂ ਚੇਂਜ ਕਰ ਲੈਣੇ ਗੇ, ਹੁਣ ਫਿਰ ਸਫਾਈ ਨੂੰ ਲੱਗ ਜਾਂਦੇ ਹਾਂ ਕਿ ਉਹਦੇ ਮੁਰਗੀਆਂ ਜਿਹੜੀਆਂ ਨਹੀਂ ਇਹਨਾਂ ਨੇ ਤਾਂ ਗੰਦ ਮਾਰਨਾ ਸ਼ੁਰੂ ਕਰ ਦਿੱਤਾ, ਕਿਸ ਤਰ੍ਹਾਂ ਕਿ ਸਾਰਾ ਨਾ ਹੁਣ ਜਿਹੜਾ ਗਾਸ ਪਿਆ ਗਾ ਖਿਲਾਰਦੀਆਂ ਪਈਆਂ ਨੇ, ਦੇਖੋ ਉੱਤੋਂ ਨਾ ਖਾ ਰਹੀਆਂ ਨੇ ਪੱਤੇ ਗਾਸ ਦੇ ਅਤੇ ਸਾਰਾ ਖਿਲਾਰ ਰਹੀਆਂ ਨੇ। ਚਲੋ ਕੋਈ ਨਹੀਂ, ਖਾਂਦੀਆਂ ਤਾਂ ਪਈਆਂ ਨੇ ਨਾ, ਮਤਲਬ ਕਿ ਸਾਂਭ ਤਾਂ ਰਹੀਆਂ ਨੇ ਨਾ, ਖਿਲਾਰਾਂ ਨੇ ਦੇਈ ਆਪੇ ਅੱਲਾ ਵਾਰਸ ਅਗਲਾ ਖਾ ਗਈਆਂ ਸਾਰੀਆਂ। ਬੱਕਰੀਆਂ ਵੀ ਇੱਥੋਂ ਗਾਸ ਖਾ ਲੈਂਦੀਆਂ ਨੇ ਤੇ ਇੱਥੇ ਹੀ ਆ ਕੇ ਜੇ ਮੁਰਗੀਆਂ ਨੇ ਇਹਨਾਂ ਖਿਲਾਰ ਦੇਵਣਗੀਆਂ ਗਾਸ, ਕਿਉਂਕਿ ਨਾ ਬੁਝਾਣ ਨੇ ਬੱਕਰੀਆਂ ਨੂੰ ਜਿਹੜੇ ਗਾਸ ਪਾਇਆ ਸੁਬਹ ਇਹਨਾਂ ਵਾਸਤੇ ਲੈ ਕੇ ਆਇਆ, ਪਹਿਲੇ ਵਾਲਾ ਸਾਰਾ ਖਾ ਗਈਆਂ ਹੋਈਆਂ ਤੇ ਹੋਰ ਜਿਹੜਾ ਨੇ ਉੱਤੋਂ ਇਹਨਾਂ ਨੂੰ ਪਾਇਆ ਹੈਗਾ ਅੱਜ ਖਾ ਲਵਣਗੀਆਂ। ਤੇ ਪਹਿਲੇ ਜੀ ਮੈਨੂੰ ਇੱਧਰੋਂ ਇੰਟਰ ਕਰਨਾ ਪੈਣਾ ਅੰਦਰ, ਅੰਦਰ ਜਾ ਕੇ ਸਾਰਾ ਕਚਰਾ ਹਟਾਉਣਾ ਪੈਣਾ, ਫਿਰ ਕਚਰਾ ਹਟਾ ਕੇ ਫਿਰ ਦਰਵਾਜ਼ਾ ਖੁੱਲ੍ਹਣਾ ਜਾ ਕੇ। ਆਪਣੀ ਜੁਗਾੜੀ ਵਿੰਡੋ ਸੀਗੀ ਗੱਤੇ ਦੀ ਬਣਾਈ ਹੋਈ ਹੈ, ਵੀ ਫਟ ਲਈ ਗੰਦੀ ਲੱਗਦੀ ਪਈ, ਇਨਸ਼ਾ ਅੱਲਾਹ ਤਾਲਾ ਇੱਥੇ ਹੁਣ ਲੋਹੇ ਵਾਲੀ ਵਿੰਡੋ ਲਗਾਵਾਂਗੇ। ਪਹਿਲਾਂ ਸੁਣਿਆ ਚੈੱਕ ਕਰੋ, ਕੋਈ ਨਾ ਕੱਢ ਹੀ ਲੈਣੀ ਹੈ ਸਾਰੀ ਚੀਜ਼ਾਂ। ਮੇਨ ਜਿਹੜਾ ਨਾ ਥੱਲੇ ਬੋਤਲਾਂ ਬਹੁਤ ਜ਼ਿਆਦਾ ਨਾ, ਬੋਤਲਾਂ ਇਹ ਤਰੋੜਿਆਂ 'ਚ ਪਾ ਕੇ ਨਾ ਅਤੇ ਕਬਾੜ ਵਾਲਾ ਜਿਵੇਂ ਹੀ ਆਇਆ ਉਹਨੂੰ ਸੇਲ ਕਰ ਦੇਵਾਂਗੇ। ਇਹਨਾਂ ਦਾ ਸ਼ਾਮ ਟਾਈਮ ਜਿਹੜੀ ਚੀਜ਼ ਦੱਸਣ ਆਇਆ ਔਰਾਂ ਨੇ ਕਈ ਸਾਰਿਆਂ ਨੂੰ ਖਵਾਵਾਂਗੇ, ਤੁਸੀਂ ਹੈਲਪ ਕਰਾਉਣੀ ਮੇਰੀ। ਪ੍ਰੀਸ਼ਾ ਅਤੇ ਮਾਨ ਫਾਤਮਾ ਦਰੀ ਨੂੰ ਸਕੂਲ ਗਈ ਹੋਈ, ਇਹਨਾਂ ਨੇ ਇੱਥੇ ਰੱਖ ਦੇ ਇੱਥੇ ਪਲਾਸਟਰ, ਬਾਅਦ ਛੱਤ 'ਤੇ ਰੱਖ ਦੇਵਾਂਗੇ। ਅਤੇ ਕੁਛ ਸਮਾਨ ਜੀ ਅੰਦਰੋਂ ਸਟੋਰ ਰੂਮ ਦੇ ਕੱਢਿਆ ਹੈਗਾ ਅਤੇ ਹੁਣ ਇਹਦਾ ਦਰਵਾਜ਼ਾ ਹੀ ਖੁੱਲ੍ਹ ਗਿਆ, ਥੱਲੇ ਸਾਰੀਆਂ ਬੋਤਲਾਂ ਵਗੈਰਾ ਪਈਆਂ ਨਹੀਂ ਆ। ਪਹਿਲੇ ਇਹ ਕਿਸੇ ਚੀਜ਼ ਦੇ ਪਾਉਂਦੇ ਆ, ਫਿਰ ਜੁੱਤੀਆਂ ਜਿਹੜੀਆਂ ਕੋਈ ਨਹੀਂ ਆ ਆਪਣੀ ਇਸਤੇਮਾਲ ਵਾਲੀਆਂ, ਮਤਲਬ ਕਿ ਉਹਨਾਂ ਦੀਆਂ ਦੋਨੇ ਪੈਰ ਠੀਕ ਨੇ, ਮਤਲਬ ਕਿ ਜੁੱਤੀ ਠੀਕ ਹੈਗੀ ਜਿਹੜੀ ਉਹ 'ਚ ਕੱਢ ਲੈਂਦੇ ਹਾਂ, ਬਾਕੀ ਜੇ ਨਹੀਂ ਉਹ ਵੀ ਇੱਕ ਤਰੋੜੇ ਦੇ ਅੰਦਰ ਪਾ ਦਿੰਦੇ, ਉਹ ਵੀ ਸੇਲ ਕਰ ਦੇਵਾਂਗੇ ਕਬਾੜ ਵਾਲਿਆਂ ਨੂੰ। ਅਤੇ ਕੁਛ ਸਮਾਨ ਜੀ ਅੰਦਰੋਂ ਸਟੋਰ ਰੂਮ 'ਚ ਕੱਢ ਲਿਆ ਹੈਗਾ, ਹਾਲੇ ਤੱਕ ਅੰਦਰ ਬੋਤਲਾਂ ਬਹੁਤ ਜ਼ਿਆਦਾ ਪਈਆਂ ਨੇ, ਜੁੱਤੀਆਂ ਹੀ ਅੰਦਰ ਰਲੀਆਂ ਮਿਲੀਆਂ ਪਈਆਂ ਨਹੀਂ ਆ, ਜੁੱਤੀਆਂ ਜ਼ਿਆਦਾ ਮੇਰੀਆਂ ਤਕੜੀਆਂ ਪਈਆਂ ਨੇ, ਤਕਰੀਬਨ 3 ਜੁੱਤੀਆਂ ਮੇਰੀਆਂ ਨੇ ਮਿਲੀਆਂ ਨੇ। ਉਸ ਤੋਂ ਬਾਅਦ ਸਟੋਰ ਰੂਮ ਜੀ ਇੱਥੇ ਰੱਖਦੇ ਨੇ, ਬਾਹਰ ਦੱਸਣਾ ਔਰ ਚੱਕ ਕੇ ਅੰਦਰ ਸਿੱਟ ਦਿੰਦੇ ਨੇ ਇੱਕ ਪੈਰ ਅਤੇ ਇੱਕ ਬਾਹਰ ਪੈਰ ਅੰਦਰ, ਹੁਣ ਉਹ ਵੀ ਅੰਦਰੋਂ ਮਿਲ ਜਾਣਗੇ। ਚਲੋ ਓਕੇ ਹੋ ਗਿਆ, ਬਾਕੀ ਅੰਦਰੋਂ ਉਹਨਾਂ ਸਾਰੀ ਤਹਿਕੀਕਾਤ ਕਰ ਲਈ, ਹਾਲੇ ਤੱਕ ਮੈਨੂੰ ਕਿਤੇ ਸੱਪ ਨਹੀਂ ਨਜ਼ਰ ਆਇਆ ਆਉਂਦੇ ਅੰਦਰੋਂ, ਲੇਕਿਨ ਦੇਖਣਾ ਨਾ ਬਾਕੀ ਚੀਜ਼ਾਂ ਕੱਢ ਕੀਤਾ ਹੋਵੇ ਅੰਦਰ। ਜੁੱਤੀਆਂ ਅਲੱਗ ਤਰੋੜੇ ਪਾ ਲੈਣੇ, ਜਿਹੜੀਆਂ ਕੋਈ ਬੇਕਾਰ ਨੇ ਜਿਹੜੀਆਂ ਠੀਕ ਨੇ ਉਹ ਅਲੱਗ ਕੱਢ ਲੈਂਦੇ ਹਾਂ, ਅਤੇ ਬੋਤਲਾਂ ਅਲੱਗ ਕਿਸੇ ਤਰੋੜੇ ਪਾਵਾਂਗੇ। ਇਹਨੂੰ ਹੀ ਬਾਹਰ ਕੱਢੀਏ ਮਸ਼ੀਨ ਨੂੰ, ਇਹ ਉਦੋਂ ਹੀ ਨਿਕਲਣੀ ਸੱਚ ਜਦੋਂ ਇਹ ਨਿਕਲ ਗਿਆ, ਤਾਂ ਇਹਨਾਂ ਨੂੰ ਪਹਿਲੇ ਕੱਢਣਾ ਪੈਣਾ। ਇਹ ਜੀ ਬੋਤਲਾਂ ਵਗੈਰਾ ਕੱਢੀਆਂ ਵੀ ਸਾਰੀਆਂ ਪਾ ਲਈਏ ਆਪਾਂ ਤਰੋੜਿਆਂ ਦੇ ਵਿੱਚ, ਤਕਰੀਬਨ 3-4 ਤਰੋੜੇ ਬਣ ਜਾਣੇ ਨੇਗੇ, ਅਤੇ ਅੱਛੇ ਖਾਸੇ ਤਕਰੀਬਨ ਇਹ ਮੇਰੇ ਹਿਸਾਬ ਨਾਲ 1,000 ਰੁਪਏ ਦੀਆਂ ਬੋਤਲਾਂ ਨੇਗੀਆਂ ਸਾਰੀਆਂ ਜਿਹੜੀਆਂ ਸੇਲ ਕਰਨੇ ਆ ਗਏ। ਤੁਹਾਨੂੰ ਮੈਂ ਦੱਸ ਦੇਵਾਂ, ਇਹ ਉਹ ਬੋਤਲਾਂ ਨੇਗੀ ਜਿਹੜੀ ਸਾਡੇ ਲਈ ਮਹਿਮਾਨ ਆਉਂਦੇ ਰਹਿਣ ਤਾਂ ਉਹਨਾਂ ਨੂੰ ਅਸੀਂ ਪਿਲਾਉਂਦੇ ਆ ਗਏ। ਇਤਨਾ ਸਾਡਾ ਖਰਚਾ ਹੈਗਾ, ਤਕਰੀਬਨ ਇਹ 1.5 ਮਹੀਨੇ ਦੀਆਂ ਬੋਤਲਾਂ ਨੇਗੀਆਂ ਇਹ ਵਾਲੀਆਂ, ਇਹ ਮਹਿਮਾਨਾਂ ਨੂੰ ਅਸੀਂ ਪਿਲਾਈਆਂ ਨੇਗੀਆਂ।
ਇਹ ਤੁਸੀਂ ਅੰਦਾਜ਼ਾ ਕਰ ਲਓ ਕਿਤਨਾ ਖਰਚਾ ਸਾਡਾ ਸਿਰਫ ਮਹਿਮਾਨਾਂ ਮਹਿਮਾਨਾਂ 'ਤੇ ਹੋ ਜਾਂਦਾ ਹੈਗਾ। ਸਾਰੇ ਕਹਿੰਦੇ ਹੋ ਤੁਸੀਂ ਤਾਂ ਦੁਕਾਨ ਖਤਮ ਕਰ ਦਿੰਦੇ ਹੋ, ਤੁਸੀਂ ਇਹ ਜੀ ਕਰਦੇ ਹੋ ਕਰਦੇ, ਇੱਥੋਂ ਤੁਸੀਂ ਅੰਦਾਜ਼ਾ ਕਰੋ ਨਾ ਕਿਤਨੇ ਖਰਚੇ ਨੇਗੇ ਘਰ ਦੇ। ਅਤੇ ਇਹ ਜੀ 3 ਤਰੋੜੇ ਭਰੀ ਗਏ ਨੇ ਪਲਾਸਟਿਕ ਦੀਆਂ ਬੋਤਲਾਂ ਦੇ, ਬਹੁਤ ਮੁਸ਼ਕਿਲ 3 ਹੀ ਤਰੋੜੇ ਸੀਗੇ, ਮੰਡ ਮੰਡ ਕੇ ਭਰੀਆਂ ਨੇਗੀਆਂ। ਆ ਜਾਂਦਾ ਹੈਗਾ ਇੱਥੇ ਕੋਈ ਫੇਰੀ ਵਾਲਾ, ਮਤਲਬ ਕਬਾੜ ਵਗੈਰਾ ਲਾਉਣ ਵਾਲਾ, ਉਹਨੂੰ ਕਬਾੜੇ ਦੇ ਦਿੰਦੇ ਹਾਂ, ਬਾਕੀ ਚੀਜ਼ਾਂ ਇਹਨਾਂ ਦੇ ਮੈਂ ਕਿਧਰੇ ਨਾ ਕਿਧਰੇ ਹੱਲ ਕਰ ਲੈਣਾ। ਅਤੇ ਸਾਰੀਆਂ ਜੀ ਪਲਾਸਟਿਕ ਦੀਆਂ ਬੋਤਲਾਂ ਇਹਨਾਂ ਥੈਲਿਆਂ 'ਚ ਪਾਤੀਆਂ ਨੇਗੀਆਂ, ਅੱਛੀ ਤਰ੍ਹਾਂ ਨਾਲ ਮੰਡ ਮੰਡ ਕੇ ਭਰੀਆਂ ਨੇਗੀਆਂ। ਦਰਅਸਲ ਇਹ 3 ਹੀ ਥੈਲੇ ਸੀਗੇ ਸਾਡੇ ਕੋਲ ਘਰ ਦੇ ਵਿੱਚ, ਇਹਨਾਂ 'ਚ ਭਰਨੀਆਂ ਸੀਗੀਆਂ। ਬਾਕੀ ਆਏ ਦਾ ਕੋਈ ਕਬਾੜਾ ਸ਼ੇਅਰ ਕਰਨੇ ਆ ਇਹਦੀ, ਅਤੇ ਕੁਛ ਥੋੜ੍ਹਾ ਬਹੁਤ ਲੋਹੇ ਦਾ ਸਮਾਨ ਹੈਗਾ, ਬਾਕੀ ਇਹਨਾਂ ਦਾ ਵੀ ਕਿਧਰੇ ਨਾ ਕਿਧਰੇ ਹੱਲ ਕਰਨਾ ਹੈਗਾ। ਉਸ ਬਾਅਦ ਫਿਰ ਅੰਦਰੋਂ ਸਟੋਰੂਮ ਦੀ ਸਫਾਈ ਵਗੈਰਾ ਕਰਕੇ ਇਹਨੂੰ ਹੁਣ ਆਪਣਾ ਸਟੂਡੀਓ ਬਣਾ ਲੈਣਾ, ਮਤਲਬ ਕਿ ਅੰਦਰੋਂ ਸਫਾਈ ਵਗੈਰਾ ਕਰਕੇ ਕਲੀਨ ਹੀ ਦੋਤਾ ਖੜਾ ਹੈਗਾ, ਕਲੀਨ ਥੱਲੇ ਵਿਛਾੜ ਕੇ ਅੰਦਰੋਂ ਬਿਲਕੁਲ ਸਫਾਈ ਹੋ ਜਾਵੇਗੀ। ਅੰਦਰ ਕੋਈ ਚੇਅਰ ਵਗੈਰਾ ਇਨਸ਼ਾਅੱਲਾ ਤਾਂ ਲੈ ਆਵਾਂਗੇ ਉੱਥੇ ਬੈਠਣ ਲਈ, ਅਗਰ ਟੇਬਲ ਵਗੈਰਾ VIP ਇਨਸ਼ਾਅੱਲਾ ਤਾਂ ਲੈ ਆਵਾਂਗੇ। ਚੈੱਕ ਕਰੋ ਜੀ ਸਫਾਈਆਂ ਹੀ ਸਫਾਈਆਂ ਹੋ ਗਈਆਂ, ਜਿਹੜੀ ਕੋ ਕਬਾੜ ਦੀ ਸੇਲ ਕਰਨ ਚੀਜ਼ਾਂ ਨੇ ਇੱਧਰ ਰੱਖੀਆਂ ਨੇ, ਕੋਈ ਲੋਹਾ ਥੋੜ੍ਹਾ ਬਹੁਤ ਉੱਥੇ ਪਿਆ ਹੈਗਾ, ਬਾਕੀ ਕਚਰਾ ਵਗੈਰਾ ਹੈਗਾ, ਅਤੇ ਉਹ ਜੁੱਤੀਆਂ ਨੇਗੀਆਂ ਜਿਹੜੀਆਂ ਘਰ ਦੀਆਂ ਸਮਾਨ ਵਾਲੀਆਂ ਨੇਗੀਆਂ। ਅਤੇ ਇਹ ਵਾਸ਼ਿੰਗ ਮਸ਼ੀਨ ਸੀਗੀ, ਇਹਨੂੰ ਵਾਸ਼ ਕਰਕੇ ਉੱਥੇ ਦੂਸਰੇ ਅੰਦਰ ਕਮਰੇ 'ਤੇ ਰੱਖ ਦਿੰਦੇ ਹਾਂ। ਅੰਦਰੋਂ ਫਰਸ਼ ਜਿਹੜਾ ਨਾ ਇਹ ਦੋਵਾਂ ਨਾਲ ਰਹਿ ਗਿਆ ਹੈਗਾ ਇਹਦਾ, ਇਹਨੂੰ ਅੱਛੀ ਤਰ੍ਹਾਂ ਦੋਨੇ ਆਗੇ। ਇਹ ਇੱਥੇ ਮੈਂ ਜਿਹੜੀ ਨਾ ਵਿੰਡੋ ਬਣਾ ਲਈ ਹੈਗੀ, ਪਹਿਲੇ ਮੇਰਾ ਦਿਲ ਸੀਗਾ ਜੀ ਬਾੜੀਆਂ ਜੀ ਪਈਆਂ ਸੀ ਉਹਨੇ ਵਿੰਡੋ ਬਣਾ ਲਵਾਂ, ਲੇਕਿਨ ਉਹ ਦੁਕਾਨ ਮੈਂ ਰੱਖ ਦਿੱਤੀਆਂ ਨੇਗੀਆਂ, ਉਹ ਕਿਧਰੇ ਇਸਤੇਮਾਲ ਕਰ ਲਵਾਂਗੇ, ਉਹਨਾਂ ਨੂੰ ਨਾ ਇੱਧਰੋਂ ਪਾਣੀ ਪੈਣਾ ਸੀਗਾ ਤਾਂ ਉਹ ਖਰਾਬ ਹੋ ਜਾਣਾ ਸੀ। ਇਹ ਗੱਤਾ ਮੇਰੇ ਕੋਲ ਪਿਆ ਸੀ ਟੁੱਟੇ ਹੋਇਆ, ਮੈਂ ਕਿ ਚਲੋ ਇਹਦੇ ਨਾਲ ਜਿਹੜਾ ਬਣਾ ਲੈਂਦੇ ਵਿੰਡੋ, ਉੱਤੋਂ ਹਵਾ ਵੀ ਲੱਗਦੀ ਰਹੇਗੀ, ਉੱਥੇ ਰੋਸ਼ਨੀ ਥੋੜ੍ਹੀ ਬਹੁਤ ਜਾਂਦੀ ਰਹੇਗੀ, ਅਤੇ ਬਾਕੀ ਹਨ ਅੰਦਰ ਸਫਾਈ ਕਰਕੇ ਫਿਰ ਇਨਸ਼ਾਅੱਲਾ ਤਾਲਾ ਅੰਦਰ ਦਾ ਦਿਖਾਉਂਦੇ ਹਾਂ। ਤੇ ਮਾਸ਼ਾਅੱਲਾ ਜੀ ਸਾਰੇ ਸੇਮ ਦੀ ਅੱਛੀ ਤਰ੍ਹਾਂ ਸਾਫ਼ ਸਫਾਈ ਕਰਤੀ ਹੈਗੀ, ਅਤੇ ਬਾਕੀ ਅੰਦਰੋਂ ਸਟੋਰ ਰੂਮ ਤਾਂ ਨਹੀਂ ਹੁਣ ਆਪਣਾ ਸਟੂਡੀਓ ਵੀ ਬਣ ਗਿਆ ਹੈਗਾ, ਉਹਦੀ ਅੰਦਰੋਂ ਅੱਛੀ ਤਰ੍ਹਾਂ ਸਫਾਈ ਹੋ ਗਈ, ਮਤਲਬ ਉਹ ਫਰਸ਼ ਜਿਹੜਾ ਹੁੰਦਾ ਅੱਛੀ ਤਰ੍ਹਾਂ ਧੋਤਾ ਹੈਗਾ, ਚੈੱਕ ਕਰੋ ਬਿਲਕੁਲ ਕਲੀਨ ਹੋਇਆ ਪਿਆ ਹੈਗਾ। ਇਹ ਕੱਪੜਾ ਵਗੈਰਾ ਮਾਰਨੇ ਆਗੇ, ਅਤੇ ਬਲਬ ਜਿਹੜਾ ਉਹ ਵੀ ਇੱਥੇ ਅੰਦਰ ਲਾ ਲਿਆ ਹੋਇਆ ਹੈਗਾ, ਅਤੇ ਬਾਕੀ ਕਲੀਨ ਹੈ, ਦੇਖਦੇ ਹਾਂ ਵੀ ਸੁੱਕੀ ਹੈਗੀ ਅਤੇ ਵੀ ਅੰਦਰ ਥੱਲੇ ਨੂੰ ਵਿਛਾਲ ਦਿੰਦੇ ਹਾਂ। ਸੁੱਕ ਗਈ ਹੋਈ ਹੈ ਠੰਡਾ ਹਿੱਸਾ ਜਿਹੜਾ ਨਾ, ਇਹ ਗਿੱਲਾ ਗਿੱਲਾ ਹੈ ਦੇਖੋ, ਚਲੋ ਆਪੇ ਸੁੱਕ ਹੀ ਜਾਣੀ ਹੈਗੀ ਅੰਦਰ ਹੀ, ਮੈਂ ਕਹਿੰਦਾ ਸਮੈਲ ਨਾ ਆਵਣ ਲੱਗ ਜਾਵੇ ਨਾ ਸੁੱਕੀ ਹੋਣ ਦੀ ਵਜ੍ਹਾ ਤੋਂ, ਉਤਲਾ ਹਿੱਸਾ ਹੀ ਬਿਲਕੁਲ ਸੁੱਕ ਗਿਆ, ਇਹ ਥੱਲੋਂ ਹੀ ਰਹਿੰਦੀ। ਚਲੋ ਲੈ ਚਲੀ ਐਵੇਂ ਜਿਹੜੇ ਨਾ ਥੱਲੇ ਵਿਛਾਰ ਦਿੰਦੇ ਆਗੇ। ਓਕੇ ਹੋ ਗਿਆ ਜੀ, ਅਤੇ ਇਹ ਵੀ ਓਕੇ ਹੋ ਗਿਆ, ਬਾਕੀ ਇਨਸ਼ਾਅੱਲਾ ਤਾਲਾ ਬਾਕੀ ਜੇ ਚੀਜ਼ਾਂ ਨੇਗੀਆਂ ਉਹ ਤਕਰੀਬਨ 28 ਤਰੀਕ ਤੋਂ ਬਾਅਦ ਹੀ ਆਉਣਗੀਆਂ, ਕਿਉਂਕਿ ਜਿਵੇਂ ਸੈਲਰੀ ਆਈ ਨੇ ਫਿਰ ਇਨਸ਼ਾਅੱਲਾ ਤਾਲਾ ਜੋ ਚੀਜ਼ ਲੈ ਆਉਣੀ ਹੈਗੀ ਉਹਦੇ ਅੰਦਰ ਰੱਖਣ ਵਾਸਤੇ ਉਹ ਇਨਸ਼ਾਅੱਲਾ ਤਾਲਾ ਲੈ ਆਵਾਂਗੇ, ਹੁਣ ਜੇ ਚੀਜ਼ ਰੱਖਣ ਵਾਲੀ ਸੀ ਉਹ ਤਾਂ ਰੱਖਤੀਆਂ ਨੇਗੀਆਂ ਇਹਦੇ ਅੰਦਰ। ਨਹੀਂ ਹੁਣ ਕੋਈ ਕਬਾੜ ਵਾਲਾ ਆਉਂਦਾ ਇਹਨਾਂ ਨੂੰ ਸਮਾਨ ਸੇਲ ਕਰਨੇ ਆਗੇ, ਹਾਲੇ ਤੱਕ ਸੁਬਹਾ ਲਾਦਾ ਤਾਂ ਕੋਈ ਨਹੀਂ ਆਇਆ ਹੈਗਾ, ਜਦੋਂ ਹੀ ਆਇਆ ਅੱਜ ਦੇ ਬੁਲਾ ਕੇ ਦੰਦ ਖਾ ਪਾਇਆ ਜਾਂ ਸੁਬਹਾ ਇਨਸ਼ਾਅੱਲਾ ਤਾਲਾ ਫਿਰ ਜੇ ਇਹਨੇ ਸੇਲ ਕਰ ਲਵਾਂਗੇ। ਤਕਰੀਬਨ ਇੱਥੇ ਪਿੰਡਾਂ ਥਾਵਾਂ 'ਤੇ 20-20 ਰੁਪਏ ਕਮ ਰੇਟ ਲੈਂਦੇ ਨੇ ਸ਼ਹਿਰ ਤੋਂ, ਲੇਕਿਨ ਕੋਈ ਨਾ ਹੈਗਾ ਕਿ ਇੱਥੇ ਆਸਾਨੀ ਨਾਲ ਸੇਲ ਹੋ ਜਾਏ, ਸ਼ਹਿਰ ਹੁਣ ਬੰਦਾ ਕਿੱਥੇ ਚੱਕੀ ਫਿਰੇ, ਰਿਕਸ਼ੇ ਦਾ 500 ਰੁਪਏ ਕਿਰਾਇਆ ਭਰ ਕੇ ਲੈ ਜਾਵੇ, ਜ਼ਿਆਦਾ ਕਬਾੜ ਹੋਵੇ ਫਿਰ ਬੰਦਾ ਸ਼ਹਿਰ ਵੇਚਣ ਚਲਾ ਜਾਵੇ। ਚਲੋ ਕੋਈ ਨਹੀਂ ਆਉਂਦਾ ਹੈਗਾ ਕੋਈ ਤਾਂ ਫਿਰ ਇਨਸ਼ਾਅੱਲਾ ਤਾਲਾ ਵੀ ਸੇਲ ਕਰ ਦਿੰਦੇ ਆਗੇ, ਬਾਕੀ ਮਾਸ਼ਾਅੱਲਾ ਕਰ ਜਾਏ, ਚਮਕ ਰਿਹਾ, ਸਫਾਈ ਸਫਾਈ ਹੋ ਗਈ ਸਾਰੇ ਘਰ ਦੀ ਅੱਛੀ ਤਰ੍ਹਾਂ। ਆਪਣੇ ਮੋਟਰਸਾਈਕਲ ਨੂੰ ਥੋੜ੍ਹਾ ਬਹੁਤ ਨਵਾਂ ਤਾ, ਲੇਕਿਨ ਅੱਛੀ ਤਰ੍ਹਾਂ ਵਾਸ਼ ਕਰਨਾ ਸੀਗਾ, ਸੁਬਹਾ ਹੀ ਕਰਾ ਲਿਆਵਾਂਗਾ ਮੈਂ ਉਧਰ ਨਾ ਸਰਵਿਸ ਸਟੇਸ਼ਨ 'ਤੇ, ਅਤੇ ਪਾਲਿਸ਼ ਵਗੈਰਾ ਮਰਵਾਉਣੀ, ਮਤਲਬ ਕਿ ਨਾ ਇਹ ਦੇਖੋ ਇਹ ਹੁਣ ਹੀ ਦੋਤਾ ਹੈਗਾ, ਉੱਤੋਂ ਰਗੜਿਆ ਵੀ ਹੈ, ਫਿਰ ਵੀ ਨਾ ਉੱਤੇ ਜਿਵੇਂ ਮਿੱਟੀ ਲੱਗੀ ਹੁੰਦੀ ਹੈ ਉਹ ਜਿਹੜੇ ਨਿਸ਼ਾਨ ਪੈ ਜਾਂਦੇ, ਇਹ ਪਾਲਿਸ਼ ਹੋਣ ਵਾਲਾ, ਉੱਤੋਂ ਇਹਨਾਂ ਨੂੰ ਪਾਲਿਸ਼ ਲਵਾਵਾਂਗਾ,
ਤਕਰੀਬਨ 3-4 ਵਾਰੀ, ਅਤੇ ਉਦੋਂ ਤੁਸੀਂ ਮੈਨੂੰ ਮਸ਼ਵਰਾ ਦੇਣਾ ਆਪਾਂ ਮੋਟਰਸਾਈਕਲ ਸੇਲ ਕਰਕੇ ਨਵਾਂ ਮਾਡਲ ਜਿਹੜਾ 125 ਆ ਰਿਹਾ ਲਵੀਏ ਕਿ ਇਹ ਯੂਜ਼ ਕਰਦੇ ਰਹੀਏ, ਕਿਉਂਕਿ ਉਹਨੇ ਤਕਰੀਬਨ 1,00,000 ਰੁਪਈਆ ਜਿਹੜਾ ਨਾ ਉੱਤੇ ਔਰ ਦੇਣਾ ਪਵੇਗਾ, ਮੋਟਰਸਾਈਕਲ ਨਾਲ 1,00,000 ਰੁਪਇਆ ਦੇਣਾ ਪੈਣਾ, ਅਤੇ ਫਿਰ ਉਹ ਆਉਣਾ ਜਿਹੜਾ ਉਹਦਾ ਰੇਟ ਆਉਣਾ ਮੇਰਾ ਜਿਹੜਾ ਅੰਦਾਜ਼ਾ ਉਹਦੇ ਹਿਸਾਬ ਨਾਲ, ਉਹ ਲਈਏ ਕਿ ਫਿਰ ਇਹ ਯੂਜ਼ ਕਰਦੇ ਫਿਰ ਇਹ ਬਸ ਹੀ ਮੈਨੂੰ ਇੱਕ ਨਾ ਉਹ ਕੀ ਕਹਿੰਦੇ ਨੇ ਮਸ਼ਵਰਾ ਦੇਣਾ ਹੈਗਾ, ਹਾਲੇ ਤੱਕ 2-3 ਮਹੀਨਿਆਂ ਬਾਅਦ ਹੀ ਆਉਣਾ ਹੈਗਾ ਨਵਾਂ 125, ਲੇਕਿਨ ਤੁਸੀਂ ਮਸ਼ਵਰਾ ਪਹਿਲੇ ਦੇ ਦਿਓ। ਅੱਬੂ ਜਾਨ ਇੱਥੇ ਖਾਲੀ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਬੈਠੇ ਹੋਏ ਨੇਗੇ, ਸਮਾਨ ਤਾਂ ਇਹਦੇ 'ਚ ਨਹੀਂ ਕੀ ਹੈ, ਤੁਸੀਂ ਇਹ ਦਾਲਾਂ ਵਗੈਰਾ ਪਈਆਂ ਨੇ ਤਾਂ 50-60 ਰੁਪਈਆਂ ਦੀ ਬਸ ਹੈ ਜੀ, ਇਨਸ਼ਾ ਅੱਲਾਹ ਤਾਲਾ ਅੱਬੂ ਜਾਨ ਸਮਾਨ ਵੀ ਲੈ ਆਉਂਦੇ ਹੁਣ ਦੁਕਾਨਦਾਰ ਕਰੀਬ ਹੀ ਨਵਾਂ, ਇਨਸ਼ਾ ਅੱਲਾਹ ਤਾਲਾ ਲੈ ਆਉਂਦੇ ਹਾਂ। ਬਾਕੀ ਇਹਨਾਂ ਇਹ ਤਾਂ ਚੌਕੀ ਵਗੈਰਾ ਕੀਤੀ ਸੀ ਥੱਲੇ, ਉਹ ਕੋਈ ਲਾਈਆਂ ਟਹਿਣੀ ਵਗੈਰਾ ਉਹ ਸੋਗੀਆਂ ਨੇਗੀਆਂ ਸਾਰੀਆਂ, ਲੇਕਿਨ ਮਾਸ਼ਾਅੱਲਾ ਨਾ ਇਹਦੇ ਨਾਲ ਬੜਾ ਫਰਕ ਪਿਆ ਹੈਗਾ, ਹੁਣ ਅੱਗੇ ਹੋਰ ਜ਼ਿਆਦਾ ਗਰੋਅ ਹੋ ਰਹੀਆਂ ਨੇ ਇਹਦੇ ਟਹਿਣੀਆਂ ਅਨਾਰ ਦੀਆਂ, ਚੈੱਕ ਕਰੋ ਇਹਦੇ 'ਤੇ ਬੜਾ ਇਹਦਾ ਬੈਨੀਫਿਟ ਪਵੇਗਾ, 2-3 ਦਿਨਾਂ ਬਾਅਦ ਤੁਸੀਂ ਦੇਖਿਆ ਜੇ ਤਾਂ ਇਹਦੀਆਂ ਡੋਡੀਆਂ ਸਾਰੀਆਂ ਡਿੱਗ ਜਾਂਦੀਆਂ, ਜਿਹੜੀਆਂ ਇਹਦੇ 'ਤੇ ਅਨਾਰ ਦੀ ਡੋਡੀ ਲੱਗਦੀ ਉਹ ਸਾਰੀਆਂ ਡਿੱਗ ਜਾਂਦੀਆਂ ਨੇ, ਪਤਾ ਨਹੀਂ ਇਹ ਕੀ ਵਜ੍ਹਾ ਹੈ ਜੀ। ਅਤੇ ਇੱਧਰ ਆ ਜਾਓ ਜੀ, ਫਿਰ ਜਿਹੜੀ ਆਪਾਂ ਬੂਟੀ ਲਾਈ ਸੀਗੀ ਉਹ ਵੀ ਤੁਹਾਨੂੰ ਦਿਖਾਉਣਾ ਆ ਗਿਆ, ਇਹਦੇ ਤਾਂ ਸੁਬਹਾ ਸੁਬਹਾ ਕਾਫੀ ਫੁੱਲ ਖਿੜੇ ਹੋਏ ਸੀਗੇ, ਜਿਵੇਂ ਇੱਥੇ ਸਾਇਆ ਆਉਂਦਾ ਨਾ ਉਦੋਂ ਫਿਰ ਮੁਰਝਾ ਜਾਂਦੇ ਨੇ, ਫਿਰ ਵੀ ਦੇਖੋ ਇਹ ਡੋਡੀਆਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ, ਅੱਗੇ ਗਰੋ ਵੀ ਇਹਨੇ ਕਰਨਾ ਸ਼ੁਰੂ ਕਰਤਾ ਹੈਗਾ, ਦੇਖੋ ਟਹਿਣੀਆਂ ਨਿਕਲਦੀਆਂ ਨਵੀਆਂ ਨਾਲ, ਛੋਟੀਆਂ ਛੋਟੀਆਂ ਹਾਲੇ ਤੱਕ ਨਿਕਲਦੀਆਂ, ਲੇਕਿਨ ਦਿਨ ਬਾ ਦਿਨ ਜਿਹੜਾ ਨਾ ਅੱਗੇ ਵੱਧਦੀ ਜਾਵੇਗੀ, ਛੋਟੀਆਂ ਛੋਟੀਆਂ ਹਾਲੇ ਤਾਂ ਟਹਿਣੀਆਂ 2-3 ਦਿਨ ਤਾਂ ਹੋਏ ਨੇ ਆਪਾਂ ਲਾਈਨ, ਤੁਹਾਨੂੰ ਪਤਾ 2-1 ਦਿਨ ਹੋਏ ਨੇਗੇ, ਛੋਟੀ ਛੋਟੀ ਟਹਿਣੀਆਂ ਨਵੀਆਂ ਜਿਹੜੀਆਂ ਇਹਨੇ ਕਰਨੀਆਂ ਸ਼ੁਰੂ ਕਰਤੀਆਂ ਨੇਗੀਆਂ, ਇਤਨੀ ਤੇਜ਼ੀ ਨਾਲ ਗਰੋ ਹੁੰਦੀ ਹੈਗੀ, ਅੱਗੇ ਇੰਨੇ ਆ ਫੈਲ ਜਾਣਾ ਸਾਰੀ ਜਗ੍ਹਾ ਕਵਰ ਹੋ ਜਾਵੇਗੀ ਇਹ ਤੋੜ ਤੱਕ, ਹੈਗਾ ਨਾ ਉੱਤੇ ਨਹੀਂ ਖਿਲਰ ਜਾਵੇਗਾ, ਉੱਤੇ ਫੁੱਲ ਖਿੜੇ ਹੋਏ ਕਰਨਗੇ, ਬਹੁਤ ਪਿਆਰੇ ਲੱਗੇ ਕਰਨਗੇ ਸਾਰੇ ਏਰੀਆ 'ਤੇ ਨਾ, ਬਹੁਤ ਪਿਆਰੇ ਫੁੱਲ ਲੱਗੇ ਕਰਨਗੇ, ਫਿਰ ਜਦੋਂ ਇਹ ਖਤਮ ਹੋ ਗਈ, ਖਤਮ ਤਾਂ ਹੋਣੀ ਨਹੀਂ ਹੈਗੀ, 12 ਮਹੀਨੇ ਚਲਦੀ ਰਹਿੰਦੀ ਹੈਗੀ, ਹਰ ਮਹੀਨੇ ਦੇ 'ਤੇ ਜਦੋਂ ਇਹਦਾ ਮੌਸਮ ਨਹੀਂ ਵੀ ਨਾ ਹੁੰਦਾ ਉਦੋਂ ਵੀ ਇਹਦੇ 'ਤੇ ਤਕਰੀਬਨ ਜਿਵੇਂ ਸਾਰੀ ਦੇ ਉੱਤੇ ਕੋਈ 10-15 ਫੁੱਲ ਤਾਂ ਲੱਗੇ ਹੀ ਹੋਏ ਕਰਨਗੇ ਨਾ, ਇਹ ਵੱਧਦੀ ਨਹੀਂ ਕਰੇਗੀ, ਥੱਲੇ ਮੁੱਢ ਜਦੋਂ ਫੈਲ ਜਾਣੇ ਨੇ ਇਸ ਜਗ੍ਹਾ 'ਤੇ, ਫਿਰ ਇਹਨੇ ਹਰ ਸਾਲ ਉੱਗਦਿਆਂ ਰਿਹਾ ਕਰਨਾ ਹੈਗਾ, ਇਹਦਾ ਕੋਈ ਰੋਲ ਹੈਗਾ। ਬਾਕੀ ਮਾਸ਼ਾਅੱਲਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅਸਮਾਨ ਹੈ, ਬੱਦਲ ਬਹੁਤ ਪਿਆਰੇ, 2-3 ਦਿਨ ਲੱਗਦੇ ਨੇਗੇ, ਕਿਆ ਬਾਤ ਹੈ ਜੀ, ਸੂਰਜ ਹੀ ਬਹੁਤ ਪਿਆਰਾ ਲੱਗ ਰਿਹਾ, ਤੇਜ਼ ਬਹੁਤ ਹੈਗਾ, ਗਰਮੀ ਬਾਹਰ ਬਹੁਤ ਹੈਗੀ, ਬਾਕੀ ਬੈਠਨੇ ਆ ਕੇ 2 ਮਿੰਟ ਰੈਸਟ ਕਰਨੇ, ਉਸ ਤੋਂ ਬਾਅਦ ਫਿਰ ਦੇਖੀਏ ਕੀ ਕੰਮ ਕਰਨਾ ਹੈਗਾ ਜੀ। ਇੱਥੇ ਅੰਦਰ ਆ ਕੇ ਬੈਠਾ ਹੈਗਾ, ਵਾਈਟੀ ਸਟੂਡੀਓ ਓਪਨ ਕੀਤਾ ਅਤੇ ਇੱਕ ਕਮੈਂਟ ਆਇਆ ਹੋਇਆ ਸੀ, ਹਸਨ ਤੁਸੀਂ ਨਾ ਆਪਣੇ ਕਰਿਆਨੇ ਵਾਲੇ ਕਾਰੋਬਾਰ 'ਤੇ ਫੋਕਸ ਕਰੋ, ਕਿਹੜਾ ਸੀ ਨਵਾਂ ਕਾਰੋਬਾਰ ਸ਼ੁਰੂ ਕਰਨ ਲੱਗੇ ਹੋ, ਅਤੇ 1-2 ਹੋਰ ਵੀ ਕਮੈਂਟ ਆਇਆ ਸੀ, ਉਹਨਾਂ ਬਾਅਦ ਦੰਨ ਜਵਾਬ ਦੇਣਾ, ਪਹਿਲਾਂ ਇਹਨਾਂ ਦੱਸ ਦਿਓ। ਵੈਸੇ ਤੁਹਾਡਾ ਆਈਡੀਆ ਵਾਕਈ ਠੀਕ ਹੈਗਾ, ਕਰਿਆਨੇ ਵਾਲੇ ਕਾਰੋਬਾਰ 'ਤੇ ਸਾਨੂੰ ਫੋਕਸ ਕਰਨਾ ਚਾਹੀਦਾ, ਅਸੀਂ ਕਰਿਆਨੇ ਦਾ ਕੰਮ ਛੱਡਾਂਗੇ ਨਹੀਂ, ਇਨਸ਼ਾ ਅੱਲਾਹ ਤਾਲਾ ਇਹ ਨਾਲੋਂ ਨਾਲ ਚੱਲਦਾ ਹੀ ਰਹਿਣਾ ਹੈਗਾ, ਇਹ ਮੈਂ ਕੰਟਰੋਲ ਕਰਾਂਗਾ, ਅਤੇ ਜਿਹੜਾ ਬਾਕੀ ਉਹ ਫਰਨੀਚਰ ਦਾ ਹੋਣਾ ਹੈਗਾ ਉਹ ਅੱਬੂ ਜਾਨ ਦਾ ਕਾਰੋਬਾਰ ਹੋਣਾ, ਉਹ ਅੱਬੂ ਜਾਨ ਨੇ ਸੰਭਾਲਣਾ, ਉਹ ਵੀ ਰੋਡ 'ਤੇ ਦੁਕਾਨ ਬਣੇਗੀ, ਇੱਥੇ ਨਹੀਂ ਹੋਵੇਗੀ, ਉਹਦੇ ਵਾਸਤੇ ਸਾਨੂੰ ਵੱਡਾ ਹਾਲ ਚਾਹੀਦਾ ਹੈਗਾ, ਅਤੇ ਉਧਰੋਂ ਅਸੀਂ ਉਹਦੇ 'ਚ 0 ਪੈਸਾ ਜਿਹੜਾ ਨੇ ਇਨਵੈਸਟਮੈਂਟ ਕਰ ਰਹੇ, ਮਤਲਬ ਅਸੀਂ 1 ਰੁਪਇਆ ਨਹੀਂ ਲਾਉਣਾ, ਸਾਰੀ ਇਨਵੈਸਟਮੈਂਟ ਉਹਨਾਂ ਦੀ ਹੋਣੀ ਹੈਗੀ ਜਿਹਨਾਂ ਕੋਲ ਅਸੀਂ ਕੱਲ੍ਹ ਕਾਰੋਬਾਰ ਵਿਜ਼ਿਟ ਕਰਨ ਗਏ ਹੋਏ ਸੀਗੇ, ਕੱਲ੍ਹ ਤੁਹਾਨੂੰ ਦਿਖਾਇਆ ਨਾ, ਵੈਸੇ ਮਾੜਾ ਮੋਟਾ ਹੀ ਦਿਖਾ ਪਾਇਆ ਕਿਉਂਕਿ ਅੰਕਲ ਹੋਈ ਛੋਟਾ ਜਿਹਾ ਉਹਨਾਂ ਨੂੰ ਕੰਮ ਸੀ ਉੱਧਰ ਚਲੇ ਗਏ, ਲੇਕਿਨ 1 ਰੁਪਇਆ ਨਹੀਂ ਅਸੀਂ ਇਨਵੈਸਟ ਕਰਨਾ, ਉਹਨਾਂ ਨੇ ਫਰਨੀਚਰ ਬਣਾ ਕੇ ਸਾਨੂੰ ਦੇਣਾ, ਅਸੀਂ ਸੇਲ ਕਰਕੇ ਜਿਹੜਾ ਉਹਨਾਂ ਦੇ ਪੈਸੇ ਉਹਨਾਂ ਦੇ 'ਤੇ ਕਰਾਂਗੇ ਜੀ ਬਚਤ ਹੋਈ, ਉਹ ਅਸੀਂ ਰੱਖ ਲਈ ਕਰਾਂਗੇ, ਅਤੇ 1 ਫਰਨੀਚਰ ਦੇ ਪਿੱਛੇ 20-30 ਹਜ਼ਾਰ ਰੁਪਇਆ ਸਾਨੂੰ ਬਚਤ ਮਿਲੀ ਕਰੇਗੀ, ਇਸ ਵਜ੍ਹਾ ਤੋਂ ਅੱਬੂ ਜਾਨ ਨੂੰ ਨਾ ਇਹ ਕਾਰੋਬਾਰ ਬਣਾ ਕੇ ਦੇਣ ਲੱਗਿਆ। ਵੈਸੇ ਅੱਬੂ ਜਾਨ ਆਪਾਂ ਨੂੰ ਕਰਿਆਨੇ 'ਚੋਂ ਇਤਨੀ ਬਚਤ ਆਉਂਦੀ ਨਹੀਂ, ਜਿਹੜੀ ਆਉਂਦੀ ਆਪਾਂ ਉਹ ਖਰਚ ਲੈਂਦੇ ਹਾਂ ਗਾਰੇ 'ਚ, ਹਾਂ ਲੱਕੜਾਂ ਤਾਂ ਖਾਣੀਆਂ ਨਹੀਂ ਹੈਗੀਆਂ, ਇਹ ਹੀ ਹੈ ਜੀ ਜੀ, ਜਿਹੜੀ ਬੱਚਤ ਆਹੀ ਕਰੇਗੀ ਉਹ ਘਰ ਦੇ ਕਿਸੇ ਮੇਨ ਕੰਮ 'ਤੇ ਲੱਗ ਕਰੇਗੀ, ਇਸ ਵਜ੍ਹਾ ਅਸੀਂ ਉਹ ਕਾਰੋਬਾਰ ਕਰਨ ਲੱਗੇ, ਇਹਦੇ ਨਾਲ ਘਰ ਦਾ ਨਿਜ਼ਾਮ ਚੱਲਦਾ ਰਿਹਾ ਕਰੇਗਾ, ਇਹ ਮੈਂ ਸੰਭਾਲਿਆ ਕਰਾਂਗਾ, ਇੱਥੇ ਵੀ ਆਹਿਸਤਾ ਆਹਿਸਤਾ ਇਨਸ਼ਾ ਅੱਲਾਹ ਤਾਂ ਜਿਵੇਂ ਵੀ ਆਪਣੇ ਥੋੜ੍ਹੇ ਹਾਲਾਤ ਦਰੁਸਤ ਹੁੰਦੇ ਜਾਂਦੇ ਨਾ,
ਤੇ ਅੱਗੇ ਜਿਵੇਂ ਉਹ ਲੈ ਆਉਂਦੇ ਸੀ ਕੱਪੜਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਮਹੱਲੇ ਦੇ ਵਿੱਚ, ਪਿੰਡ ਦੇ ਵਿੱਚ ਨਾ ਆਂਟੀਆਂ ਆਉਂਦੀਆਂ ਨੇ ਕਹਿੰਦੀ ਕੱਪੜੇ ਨਹੀਂ ਤੁਸੀਂ ਲੈ ਗਏ, ਕੱਪੜੇ ਨਹੀਂ ਲੈ ਕੇ ਆਏ, ਅਸੀਂ ਕਹਿੰਦੇ ਇਨਸ਼ਾਅੱਲਾ ਤਾਂ ਲੈ ਆਵਾਂਗੇ, ਕਿ ਕੁਛ ਉਧਾਰ ਦੇ ਦਿੱਤੇ ਸੀਗੇ ਕੱਪੜਿਆਂ ਦੇ ਪੈਸੇ ਲੈ ਕੇ, ਅਤੇ ਫਿਰ ਅਸੀਂ ਨਾਲੋਂ ਨਾਲ ਜਾਂ ਘਰ ਦੇ ਖਰਚਿਆਂ ਚਲਾਉਂਦੇ ਰਹਾਂਗੇ। ਉਧਰੋਂ ਮਿਲ ਤਾਂ ਗਏ ਪੈਸੇ, ਔਰ ਕੁਛ ਕਰਿਆਨੇ ਦਾ ਜਿਹੜਾ ਨਾ ਉਧਾਰ ਉਹ ਅੜੇ ਹੋਇਆ ਤਕਰੀਬਨ 20,000 ਰੁਪਇਆ ਇੱਕ ਘਰ ਵਾਲੇ, ਉਹ ਲੈਂਦੇ ਰਹੇ ਨੇ ਸਮਾਨ, ਨਾਲੋਂ ਨਾਲ ਦਿੰਦੇ ਹੀ ਸੀ ਪੈਸੇ, ਲੇਕਿਨ ਨਾ ਉਹਨਾਂ ਨੇ ਕੁਛ ਇੱਕ ਵਾਰੀ ਇਕੱਠਾ ਹੀ ਜ਼ਿਆਦਾ ਸਮਾਨ ਲੈ ਲਿਆ, ਉਸ ਵਜ੍ਹਾ ਥੋੜ੍ਹੀ ਜਿਹਾ ਲਾਟ ਡਾਊਨ ਹੋਇਆ। ਕੋਈ ਨਹੀਂ, ਇਨਸ਼ਾਅੱਲਾ ਤਾਲਾ ਸਟੈਪ ਬਾਏ ਸਟੈਪ ਇਹ ਜਿਵੇਂ ਕਹਿੰਦੇ ਬੁਲੰਦੀ ਤੱਕ ਆਪਣਾ ਇਹ ਵੀ ਕਾਰੋਬਾਰ ਚਲਾ ਜਾਣਾ ਹੈਗਾ, ਅਤੇ ਨਾਲ ਨਵਾਂ ਹੀ ਇਨਸ਼ਾਅੱਲਾ ਤਾਲਾ ਕਾਰੋਬਾਰ ਬਣ ਜਾਣਾ। ਤਕਰੀਬਨ 3-1 ਮਹੀਨੇ ਦੂਸਰਾ ਤਾਂ ਕਾਰੋਬਾਰ ਸ਼ੁਰੂ ਕਰਨ 'ਤੇ ਲੱਗਣਗੇ ਫਰਨੀਚਰ ਵਾਲਾ, ਕਿਉਂਕਿ ਹਾਲੇ ਤੱਕ ਇੰਤਜ਼ਾਮ ਕਰਨਾ ਹੈਗਾ, ਦੁਕਾਨ ਦਾ ਵੱਡੀ ਹਾਲ ਵਾਲੀ ਦੁਕਾਨ ਹੋਣੀ ਚਾਹੀਦੀ, ਮਤਲਬ ਕਿ ਜਿਸ ਤਰ੍ਹਾਂ ਆਪਣੇ ਘਰ ਦਾ ਫਰੰਟ ਸਾਈਡ ਹੈਗੀ, ਇਤਨਾ ਹਾਲ ਹੋਵੇ ਨਾ, ਇਤਨੀਆਂ ਫਰੰਟ ਸਾਈਡ ਹੈ ਨਾ, ਇਤਨੀ ਖੁੱਲ੍ਹੀ ਦੁਕਾਨ ਹੋਵੇ, ਅੰਦਰ ਬੰਦਾ ਫਰਨੀਚਰ ਜੋੜ ਕੇ ਰੱਖੇ ਪੂਰਾ, ਉਹ ਕੀ ਕਹਿੰਦੇ ਨੇਗੇ ਡਿਸਪਲੇ 'ਤੇ ਲਾ ਕੇ ਪਿਆਰਾ ਲੱਗੇ। ਜਿਵੇਂ ਸੋਫੇ ਲਵਣ ਗਿਆ ਸੀ ਨਾ, ਉਹਨਾਂ ਨੇ ਬਾਹਰ ਜੋੜੇ ਹੋਏ ਸੀਗੇ, ਇਸੇ ਤਰ੍ਹਾਂ ਸੋਫੇ ਵੀ ਉਹ ਜਮਾਵਣਗੇ। ਗਏ ਰਹੇ ਸੀ ਤਕਰੀਬਨ 3 ਸੈੱਟ ਸੋਫਿਆਂ ਦੇਣਗੇ, 3 ਜਿਹੜਾ ਨਾ ਬਾਕੀ ਫਰਨੀਚਰ ਸੈੱਟ ਹੋਵੇਗਾ, ਔਰ ਵੀ ਟੇਬਲ ਵਗੈਰਾ ਕਾਫੀ ਚੀਜ਼ਾਂ ਜੀ ਇਨਸ਼ਾਅੱਲਾ ਤਾਲਾ ਨਾ ਉਹ ਬਿਜਵਾਵਣਗੇ। ਤਕਰੀਬਨ 1.5-2 ਮਹੀਨੇ ਜਾਂ 3 ਮਹੀਨਿਆਂ ਤੱਕ ਟਾਈਮ ਇਤਨਾ ਲੱਗ ਸਕਦਾ ਹੈਗਾ। ਕੋਈ ਨਹੀਂ, ਇਨਸ਼ਾਅੱਲਾ ਤਾਂ ਉਦਾਂ ਦਾ ਇੰਤਜ਼ਾਰ ਕਰ ਰਹੇ, ਉਦਾਂ ਤਾਂ ਅਸੀਂ ਕਿਧਰੋਂ ਨਾ ਕਿਧਰੋਂ ਦੁਕਾਨ 'ਤੇ ਇੰਤਜ਼ਾਮ ਕਰ ਲੈਣਾ, ਅਗਰ ਨਾ ਕਿਧਰੋਂ ਦੁਕਾਨ ਦਾ ਇੰਤਜ਼ਾਮ ਹੋਇਆ ਉਦਾਂ ਤੱਕ ਅਗਰ ਸਾਡੀ ਗੁੰਜਾਇਸ਼ ਬਣ ਗਈ, ਅਸੀਂ ਇੱਥੋਂ ਕੋਈ ਜ਼ਮੀਨ ਵਗੈਰਾ ਲੈ ਲਈ, ਅਤੇ ਇੱਥੇ ਨਾ ਤਕਰੀਬਨ 3 ਮਰਲਿਆਂ ਦੇ ਵਿੱਚ ਬੰਦਾ ਵੱਡੀ ਹਾਲ ਵਾਲੀ ਦੁਕਾਨ ਵੀ ਬਣਾ ਸਕਦਾ ਇਸ ਜਗ੍ਹਾ 'ਤੇ। ਸਾਨੂੰ ਦੁਕਾਨ ਪੈਣੀ ਹੈਗੀ, ਤਕਰੀਬਨ ਦੁਕਾਨ ਦਾ ਉਤਲਾ ਖਰਚੇ ਨੂੰ ਛੱਡੋ, ਥੱਲੇ ਜੀ ਜ਼ਮੀਨ ਹੈ ਨਾ ਉਹ ਪੈ ਜਾਵੇਗੀ 14 ਅਤੇ 210,000 ਰੁਪਏ ਸਿਰਫ ਜ਼ਮੀਨ ਪੈਣੀ 3 ਮਰਲਿਆਂ ਦੀ, 70,000 ਤੋਂ ਮਰਲਾ ਲਾ ਲਓ ਇੱਥਾਂ ਤੱਕ ਜਿਹੜੀ ਨਾ ਲਾਸਟ ਚੀਜ਼ ਦੇ ਦੇਣੀ ਉਹਨਾਂ, ਮਤਲਬ ਕਿ ਉਹਨਾਂ ਪੈਸੇ ਥੋੜ੍ਹੇ ਬਹੁਤੇ ਪਹਿਲੇ ਦੇ ਦੇਈਏ ਨਾ, ਅਤੇ ਮਤਲਬ ਕਿ ਜਿਵੇਂ 70-80,000 ਰੁਪਏ ਉਹਨਾਂ ਨੂੰ ਪਹਿਲੇ ਦੇ ਦੇਈਏ, ਬਾਕੀ ਉਹਨਾਂ ਨੂੰ ਬਾਅਦ ਥੋੜ੍ਹੇ ਥੋੜ੍ਹੇ ਕਰਕੇ ਤਰੀਕੇ, ਅਤੇ ਉਹ 3 ਮਰਲੇ ਦੇ ਦੇਣਗੇ ਇੱਥੋਂ ਜ਼ਮੀਨ ਦੁਕਾਨ ਵਾਸਤੇ। ਇਨਸ਼ਾਅੱਲਾ ਤਾਂ ਦੇਖਣੇ ਆ ਗਏ, ਅਗਰ ਇੱਥੋਂ ਪਲੈਨ ਬਣਦਾ ਹੈ ਥੋੜ੍ਹੇ ਜਿਹੀ ਹੋ ਜਾਂਦੇ ਆ, ਲਾਸਟ ਸੈੱਟ ਬੰਦਾ ਇੱਥੇ ਬਣਾ ਲੈਂਦਾ, ਦੁਕਾਨ ਵੱਡੀ ਹਾਲ ਵਾਲੀ ਇੱਥੇ ਹੀ ਸੈਟਅਪ ਕਰ ਲਿਓ, ਪੂਰੇ ਜਿਹੜੇ ਨਾ ਕਰੀਬ ਵਾਲੇ ਪਿੰਡ ਨੇ ਗੇ ਇੱਥੋਂ ਫਰਨੀਚਰ ਲੈ ਕੇ ਕਰਨਗੇ, ਕਿਉਂਕਿ ਸ਼ਾਦੀਆਂ ਵਿਆਹਾਂ ਜਿਹੜੇ ਫਰਨੀਚਰ ਲੈਂਦੇ ਨੇ ਨਾ ਦਹੇਜ ਵਾਸਤੇ, ਉਸ ਤਰ੍ਹਾਂ ਦੇ ਅਸੀਂ ਫਰਨੀਚਰ ਬਣਵਾਉਣ ਲੱਗਿਆ ਬਸ। ਦੂਸਰਾ ਕਮੈਂਟ ਆਇਆ ਹੋਇਆ ਸੀਗਾ, ਕਿਹਾ ਸਾਨੂੰ ਤੁਸੀਂ ਮਹੀਨੇ 'ਚ ਇੱਕ ਕਾਰੋਬਾਰ ਬਦਲਦੇ ਹੋ, ਤੁਸੀਂ ਇੱਕ ਹੀ ਕਾਰੋਬਾਰ ਕਿਉਂ ਨਹੀਂ ਕਰਦੇ? ਮਤਲਬ ਕਿ ਅਸੀਂ ਜਿਹੜਾ ਕਾਰੋਬਾਰ ਕਰ ਰਹੇ ਹਾਂ ਤਕਰੀਬਨ ਸਾਨੂੰ ਇਹ ਕਰਦੇ ਹਾਂ 1.5-2 ਸਾਲ ਹੋ ਗਏ ਨੇਗੇ। ਪਹਿਲੇ ਸ਼ੁਰੂ ਕੀਤਾ ਸੀਗਾ ਸਮੋਸੇ ਪਕੌੜੇ ਕਰਿਆਨਾ ਪਹਿਲੇ ਕਰਦੇ ਸੀ, ਲੇਕਿਨ ਬਾਅਦ ਅਸੀਂ ਸੋਚਿਆ ਸਾਡੇ ਪਿੰਡ ਜਿਹੜੀ ਜਗ੍ਹਾ ਹੈ ਨਾ ਇੱਥੇ ਦੁਕਾਨ ਨਹੀਂ ਸੀਗੀ ਕੱਪੜੇ ਜੁੱਤੀ ਦੀ, ਅਸੀਂ ਕੱਪੜੇ ਜੁੱਤੀ ਨਾਲ ਲੈ ਕੇ ਆ ਗਏ, ਬੱਚਿਆਂ ਦੇ ਖਿਲੌਣੇ ਲੈ ਕੇ ਆ ਗਏ। ਇਹ ਚੀਜ਼ਾਂ ਜਿਹੜੀਆਂ ਨੇਗੀਆਂ ਇਹ ਜਨਰਲ ਸਟੋਰ ਦੇ ਅੰਦਰ ਆ ਜਾਂਦਾ, ਤੁਹਾਨੂੰ ਪਤਾ ਹੀ ਹੈ ਜਨਰਲ ਸਟੋਰ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਹੋਰ ਤਾਂ ਕੋਈ ਕਾਰੋਬਾਰ ਨਹੀਂ ਛੇੜਿਆ, ਜਿਵੇਂ ਕਿ ਅਸੀਂ ਸਬਜ਼ੀ ਵਗੈਰਾ ਲਿਆਉਂਦੇ ਰਹੇ ਹਾਂ, ਉਹ ਤਾਂ ਅੱਬੂ ਜਾਨ ਹੈਗੇ ਲਿਆਉਂਦੇ ਸੀਗੇ, ਉਸ ਤੋਂ ਬਾਅਦ ਅੱਬੂ ਜਾਨ ਕੋਈ ਕੰਮ ਨਹੀਂ ਹੋਇਆ, ਇਹਨਾਂ ਨੇ ਸਬਜ਼ੀ ਛੱਡ ਦਿੱਤੀ। ਲੇਕਿਨ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ, ਅਗਰ ਫਰਨੀਚਰ ਦੁਕਾਨ ਹੋਈ ਤਾਂ ਉਹਦੇ ਅੱਗੇ ਥੋੜ੍ਹੀ ਬਹੁਤੀ ਬੰਦਾ ਸਬਜ਼ੀ ਜਾਂ ਫਰੂਟ ਹੀ ਲਾ ਕੇ ਬਹਿ ਜਾਂਦਾ, ਕਿ ਫਰਨੀਚਰ ਦਾ ਤਾਂ ਕਦੀ ਕਦੀ ਆਉਣਾ ਨਾ ਆਰਡਰ, ਬੰਦਾ ਕੋਈ ਸਬਜ਼ੀ ਵੀ ਲਾ ਕੇ ਉੱਥੇ ਬੈਠਾ ਹੋਵੇ ਅਤੇ ਉੱਥੇ ਸਬਜ਼ੀ ਵਗੈਰਾ ਦੇ ਨਾਲ ਜਾਂ ਕੰਮ ਚੱਲਦਾ ਰਹੇਗਾ। ਤੁਸੀਂ ਕਹਿੰਦੇ ਹੋ ਕਿ ਬਾਰ ਬਾਰ ਅਸਾਂ ਜੀ ਕਿਉਂ ਫੋਨ ਕਰਦਾ, ਕਿਉਂਕਿ ਇਹਨਾਂ ਹੀਟਰ ਤੋਂ ਆਉਣ ਦੀ ਵਜ੍ਹਾ ਤੋਂ ਫੋਨ ਬਾਰ ਬਾਰ ਬੰਦ ਹੋਇਆ, ਸਕਰੀਨ ਉਹਦੀ ਔਫ ਹੋ ਜਾਂਦੀ, ਇਸ ਵਜ੍ਹਾ ਉੱਤੇ ਕਲਿੱਕ ਕਰਕੇ ਸਕਰੀਨ ਜਿਹੜੀ ਨਾ ਦਬਾ ਕੇ ਰੱਖਣੀ ਪੈਂਦੀ, ਤਾਂ ਇਕੱਲੇ ਰਿਕਾਰਡ ਹੁੰਦਾ ਰਹਿੰਦਾ, ਬੰਦ ਹੋ ਜਾਂਦਾ ਹੈਗਾ। ਕੀ ਕੋਸ਼ਿਸ਼ ਸੀਗੀ ਕਿ ਜਿਤਨਾ ਜਲਦੀ ਹੋ ਸਕੇ ਅਸੀਂ ਆਪਣਾ ਨਾ ਕਾਰੋਬਾਰ ਕਾਮਯਾਬ ਕਰੀਏ, ਮਤਲਬ ਕਿ ਸਾਡਾ ਇੱਕ ਹੀ ਜੋ ਕੰਮ ਚੱਲ ਜਾਂਦਾ ਨਾ, ਜਿਵੇਂ ਕਿ ਹੁਣ ਕੱਪੜਿਆਂ ਵਾਲਾ ਮਾਸ਼ਾਅੱਲਾ ਉਹ ਤਾਂ ਚੱਲਿਆ ਹੀ ਹੈ ਨਾ, ਉਹ ਤੁਹਾਨੂੰ ਪਤਾ। ਹੁਣ ਮੈਂ ਅੱਗੇ ਦੱਸ ਰਿਹਾ ਤੁਹਾਨੂੰ ਕਿ ਬਿਗਿਨ ਕਰ ਜੋ ਮਹੱਲੇ ਵਾਲੀ ਜਿਹੀ ਆਂਟੀਆਂ ਨੇ ਇਤਨੀ ਜ਼ਿਆਦਾ ਡਿਮਾਂਡ ਕਰਦੀ ਨੇ ਕੱਪੜੇ, ਲੇਕਿਨ ਅੱਗੋਂ ਜੇ ਹਾਲਾਤ ਕਰਦੇ ਠੀਕ ਨਹੀਂ, ਅਸੀਂ ਕਹਿੰਦੇ ਘਰ ਦਾ ਪਹਿਲਾਂ ਨਿਜ਼ਾਮ ਚਲਾਈਏ, ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਕੱਪੜੇ ਵਗੈਰਾ ਲਿਆਵਾਂਗੇ, ਜੁੱਤੀਆਂ ਵਗੈਰਾ ਲਿਆਵਾਂਗੇ ਨਵੀਆਂ, ਅਤੇ ਜਿਵੇਂ ਹੀ ਥੋੜ੍ਹੇ ਹਾਲਾਤ ਬਿਹਤਰ ਹੁੰਦੇ ਨੇ ਫਿਰ ਇਨਸ਼ਾਅੱਲਾ ਤਾਲਾ ਕੱਪੜੇ ਜੁੱਤੀਆਂ ਦਾ ਜਿਹੜਾ ਨਾਲ ਕੰਮ ਸ਼ੁਰੂ ਕਰਾਂਗੇ।
ਤੇ ਇਸ ਤਰ੍ਹਾਂ ਕਰਾਂਗੇ ਕਿ ਉਹਦੇ ਜੀ ਬੱਚਤ ਵਗੈਰਾ ਹੋਈ ਨਾ ਉਹ ਵੀ ਉਹਦੇ 'ਚ ਇਨਵੈਸਟ ਕੀਤੀ ਕਰਾਂਗੇ। ਕਰਿਆਨੇ ਵਿੱਚੋਂ ਕਰਦਾ ਜਾਣਾ ਨਿਜ਼ਾਮ ਚਲਾਈ ਰੱਖਾਂ, ਮਤਲਬ ਕਰਿਆਨੇ ਜੀ ਬੱਚਤ ਹੋਈ ਉਹਦੇ ਹੀ ਕਰਦਾ ਨਿਜ਼ਾਮ ਚੱਲਿਆ, ਓਕੇ ਹੋ ਗਿਆ। ਅਤੇ ਬਾਕੀ ਆਪਣਾ ਜਿਹੜਾ ਆਈਫੋਨ ਹੈ ਆਹਿਸਤਾ ਆਹਿਸਤਾ ਨਾ ਜਿਹੜੇ ਉਹ ਪੈਸੇ ਆਪਾਂ ਖਰਚੇ ਨੇਗੇ ਉਹ ਖਤਮ ਹੁੰਦੇ ਜਾ ਰਹੇ ਨੇਗੇ, ਜਿਵੇਂ ਉਹ ਬੈਲੈਂਸ ਇੱਕ ਡਲਵਾਉਂਦੇ ਹਾਂ ਨਾ ਤਾਂ ਆਹਿਸਤਾ ਆਹਿਸਤਾ ਖਤਮ ਹੋ ਜਾਂਦਾ, ਉਹੀ ਗੱਲ ਹੋਈ ਖੜੀ ਹੈਗੀ। ਆਹਿਸਤਾ ਆਹਿਸਤਾ ਮੈਨੂੰ ਲੱਗਦਾ ਤਾਂ ਪੈਸੇ ਖਤਮ ਹੁੰਦੇ ਜਾ ਰਹੇ ਨੇ, ਆਹਿਸਤਾ ਆਹਿਸਤਾ ਪਹਿਲੇ ਵਾਲੇ ਕੰਮਾਂ 'ਤੇ ਆਉਂਦਾ ਜਾ ਰਿਹਾ, ਮਤਲਬ ਕਿ ਪੀਟਾ ਪਾਉਣਾ ਜਾਂ ਜ਼ਿਆਦਾ ਜਿਹੜਾ ਨਾ ਕੈਮਰਾ ਬਲਰ ਮਾਰਨ ਲੱਗ। ਤੱਕ ਤਾਂ ਤਕਰੀਬਨ ਕੈਮਰਾ ਬਲਰ ਜਾਂ ਹੀਟਰ ਪਾਉਣ ਵਾਲੇ ਦੋ ਤਿੰਨ ਇਸ਼ੂ ਆਏ ਨੇ, ਅੱਗੇ ਜਾ ਕੇ ਇਹਨੂੰ ਸਕਰੀਨ ਦਾ ਇਸ਼ੂ ਵੀ ਬਣਨ ਵਾਲਾ, ਕਿਉਂਕਿ ਸਕਰੀਨ ਦੀ ਰਿਪੇਅਰ ਉੱਤੋਂ ਕਰਾਈ ਨਾ ਆਪਾਂ, ਕਿਹੜੇ ਅੰਦਰ ਦੂਸਰਾ ਕੀ ਕਹਿੰਦੇ ਆ ਪੈਨਲ ਚੇਂਜ ਕਰਾਇਆ, ਪੈਨਲ ਰਿਪੇਅਰ ਕਰਾਇਆ ਸੀ, ਇਹਦੇ ਪਾਣੀ ਪਿਓ ਆ, ਹੁਣ ਆਹਿਸਤਾ ਆਹਿਸਤਾ ਇਹ ਵੀ ਜਿਹੜਾ ਨਾ ਠੀਕ ਤਰ੍ਹਾਂ ਕੰਮ ਕਰਦਾ ਨਹੀਂ ਕਰ ਰਿਹਾ ਹੈਗਾ, ਆਹਿਸਤਾ ਆਹਿਸਤਾ ਛੱਡਦਾ ਜਾ ਰਿਹਾ। ਇਹਦੇ 'ਚ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਰਿਪੇਅਰ ਕਰਨ ਵਾਲਿਆਂ ਦਾ, ਇਹ ਅਸਲ 'ਤੇ ਯੂਜ਼ ਇਸ ਤਰ੍ਹਾਂ ਹੋ ਰਿਹਾ ਹੈਗਾ, ਉਦੋਂ ਪੁਰਾਣਾ ਫੋਨ ਹੈ ਇਸ ਵਜ੍ਹਾ ਤੋਂ ਨਾ ਇਸ ਤਰ੍ਹਾਂ ਹੁੰਦਾ ਜਾ ਰਿਹਾ। ਕੋਈ ਨਹੀਂ, ਇਨਸ਼ਾ ਅੱਲਾਹ ਤਾਲਾ ਅਨਕਰੀਬ ਜਿਹਾ ਫੋਨ ਹੀ ਹੈਗਾ ਚੇਂਜ ਕਰਾਂਗਾ ਮੈਂ, ਟਾਈਮ ਥੋੜ੍ਹਾ ਲੱਗ ਸਕਦਾ ਲੇਕਿਨ ਇਹ ਹੈਗਾ ਉੱਤਾਂ ਤੱਕ ਇਹ ਵੀ ਰਿਪੇਅਰ ਰਹੇਗਾ, ਉਮੀਦ ਹੈ ਕਿ ਉੱਤਾਂ ਤੱਕ ਥੋੜ੍ਹਾ ਬਹੁਤਾ ਇਹਨੂੰ ਧੱਕਾ ਲਾ ਹੀ ਰੱਖੇਗਾ, ਵਲਾਗ ਆਉਂਦੇ ਹੀ ਰਹਿਣਗੇ। ਜ਼ਿਆਦਾਤਰ ਮੈਂ ਕੋਸ਼ਿਸ਼ ਕਰਨਾ ਹੈਗਾ ਡੇਲੀ ਦੋ ਵਲਾਗ ਬਣਾਇਆ ਕਰਾਂ, ਲੇਕਿਨ ਇਸ ਵਜ੍ਹਾ ਤੋਂ ਨਹੀਂ ਬਣਾਉਂਦਾ ਕਿ ਉਹ ਨਾ ਹੋਵੇ ਫੋਨ ਜਵਾਬ ਹੀ ਨਾ ਦੇ ਜਾਵੇ, ਕਿਉਂਕਿ ਫੋਨ 'ਤੇ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ। ਸਿਰਫ ਯੂਟਿਊਬਰਾਂ ਨੂੰ ਪਤਾ ਹੈਗਾ ਕਿੰਨੀ ਮੁਸ਼ਕਿਲ ਨਾਲ ਦਾ ਵੀਡੀਓ ਐਡੀਟਿੰਗ ਹੁੰਦੀ ਹੈ ਜਾਂ ਫਿਰ ਜਦੋਂ ਵੀਡੀਓ ਐਡੀਟਿੰਗ ਹੁੰਦੀ ਫੋਨ 'ਤੇ ਕੀ ਬੀਤਦੀ ਹੈ, ਇਹ ਵੀ ਉਹਨਾਂ ਨੂੰ ਯੂਟਿਊਬਰਾਂ ਨਹੀਂ ਪਤਾ ਹੈਗਾ। ਹੁਣ ਵੈਸੇ ਜਿਹੜੇ ਮੇਰੇ ਵੀਵਰ ਨੇਗੇ, ਤੁਸੀਂ ਥੋੜ੍ਹਾ ਅਜ਼ਮਾਨ ਦੇ ਬਾਰੇ ਨਾ ਕੈਪਕੱਟ ਜਾਂ ਕਿਸੇ ਹੋਰ ਐਪ ਤੂੰ ਤਕਰੀਬਨ 20-25 ਮਿੰਟ ਦੀ ਜਾਂ 30 ਮਿੰਟ ਦੀ ਵੀਡੀਓ ਉਹਨੂੰ ਐਡੀਟਿੰਗ 'ਤੇ ਲਾ ਦੇਣਾ, ਐਡਿਟ ਕਰਕੇ ਇਕੱਠੀ ਕਰਕੇ ਉਹਨੂੰ ਐਡਿਟ 'ਤੇ ਲਾ ਦੇਣਾ, ਤਾਂ ਫਿਰ ਤੁਸੀਂ ਫੋਨ ਰੱਖ ਕੇ ਅਤੇ ਫਿਰ ਫੋਨ ਨੂੰ ਹੱਥ ਲਾਇਆ ਜੇ ਜਦੋਂ ਐਡਿਟ ਹੋ ਜਾਵੇ, ਉਸ ਤੋਂ ਬਾਅਦ ਫੋਨ ਇੰਝ ਹੋਵੇਗਾ ਜਿਵੇਂ ਉਹ ਕੋਲਾ ਨਹੀਂ ਪਿਆਉਂਦਾ ਅੰਗਾਰਾ, ਉਸ ਤਰ੍ਹਾਂ ਗਰਮ ਹੋ ਜਾਂਦਾ ਹੈਗਾ ਫੋਨ, ਜਿਹੜਾ ਆਪਾਂ ਮਰਜ਼ੀ ਹੋਵੇ। ਕਿਉਂਕਿ ਜਦੋਂ ਵੀਡੀਓ ਐਡਿਟ ਹੁੰਦੀ ਨਾ ਉਦੋਂ ਮੋਬਾਈਲ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈਗਾ, ਅਤੇ ਮੇਰੇ ਵਾਲਾ ਫੋਨ ਜਿਹੜਾ ਇਹਦੇ 'ਤੇ ਡੇਲੀ ਵੀਡੀਓ ਐਡਿਟ ਹੁੰਦੀ ਨਾ, ਅਤੇ ਇਸ ਵਜ੍ਹਾ ਤੋਂ ਫਿਰ ਇਹਦੇ 'ਤੇ ਇਤਨਾ ਜ਼ਿਆਦਾ ਪ੍ਰੈਸ਼ਰ ਪੈਂਦਾ ਹੈਗਾ ਕਿ ਇਹ ਬਹੁਤ ਹੀ ਜ਼ਿਆਦਾ ਗਰਮ ਹੋ ਜਾਂਦਾ ਹੈਗਾ। ਤਕਰੀਬਨ ਜਦੋਂ ਵੀਡੀਓ ਐਡਿਟ ਹੋ ਜਾਂਦੀ ਨਾ ਮੈਂ ਹੱਥ ਚੱਕਾਂ 'ਤੇ ਇੰਝ ਲੱਗਦਾ ਜਿਵੇਂ ਹੱਥ ਜਲਣ ਲੱਗਿਆ ਹੈਗਾ, ਉਹੀ ਤੁਹਾਨੂੰ ਅੱਗੇ ਦੱਸ ਰਿਹਾ ਜਿਵੇਂ ਅੱਗ ਦਾ ਅੰਗਾਰਾ ਨਹੀਂ ਹੁੰਦਾ ਉਸ ਤਰ੍ਹਾਂ ਹੋਇਆ ਪਿਆ ਹੁੰਦਾ ਮੇਰਾ ਫੋਨ ਦਾ। ਅੱਲਾਹ ਦਾ ਸ਼ੁਕਰ ਹੈ ਨਿਜ਼ਾਮ ਚੱਲ ਰਿਹਾ, ਵਲਾਗ ਵਗੈਰਾ ਬਣਾ ਰਹੇ ਡੇਲੀ ਦੇ, ਇਨਸ਼ਾ ਅੱਲਾਹ ਤਾਲਾ ਥੋੜ੍ਹਾ ਟਾਈਮ ਲੱਗ ਜਾਵੇ ਜਿਵੇਂ ਕਿ 2-3 ਮਹੀਨਿਆਂ ਤੱਕ ਨਾ ਮੈਂ ਪੈਸੇ ਜਮ੍ਹਾਂ ਕਰ ਰਿਹਾ, ਆਹਿਸਤਾ ਆਹਿਸਤਾ ਪੈਸੇ ਜਮ੍ਹਾਂ ਕਰਕੇ ਫਿਰ ਇਨਸ਼ਾ ਅੱਲਾਹ ਤਾਲਾ ਨਾ ਨਵਾਂ ਇੱਕ ਫੋਨ ਵੀ ਲਵਾਂਗੇ। ਚਲੀਏ ਜੀ ਉਹਦੀ ਛੱਤ ਉੱਥੋਂ ਉੱਤੋਂ ਦਾ ਵਿਊ ਲਈਏ, ਕਿਤਨਾ ਖੂਬਸੂਰਤ ਆਉਂਦਾ ਹੈਗਾ ਮਾਸ਼ਾਅੱਲਾ। ਸਾਹਮਣੇ ਤਾਂ ਹਰਿਆਲੀ ਹਰਿਆਲੀ ਆ ਜੀ, ਕਿਆ ਬਾਤ ਹੈ ਜੀ। ਮੋਟਰ ਵੇ ਇਸ ਤੋਂ ਚਲੀਏ ਅੱਗੇ ਆ, ਦਿਨ ਬ ਦਿਨ ਵਧਦੀ ਜਾ ਰਹੀ, ਹੁਣ ਟਹਿਣੀ ਤੋਂ ਲੱਗਣਾ ਬੜਾ ਮੁਸ਼ਕਿਲ ਹੋ, ਪੂੰਡ ਫਿਰਦੇ ਉੱਤੇ ਡੇਮੂ। ਖੈਰ ਇੱਧਰੋਂ ਇੰਝ ਹੋ ਜਾਈਏ, ਛੱਡ ਦੇ ਚੱਲ ਚੈੱਕ ਕਰੋ ਜੀ, ਮਾਸ਼ਾਅੱਲਾ ਕਿਆ ਬਾਤ ਹੈ। ਅਜੇ ਤਾਂ ਬੇਰ ਹੀ ਆਪਣੀ ਚਮਕ ਰਹੀ ਹੈਗੀ, ਨਵੇਂ ਪੱਤੇ ਕੱਢੇ ਨੇ ਨਾ ਇਹਨੇ, ਇੱਥੋਂ ਟਹਿਣੀਆਂ ਵੱਢ ਕੇ ਆਪਾਂ ਬੱਕਰੀਆਂ ਨਾ ਪਾਈਏ, ਬੜੀ ਸ਼ੌਕ ਨਾਲ ਖਾਣੀ, ਬਲਕਿ ਉਹਨਾਂ ਹੁਣ ਚਾਰਾ ਖਾਧਾ ਹੈਗਾ, ਸੈਕਿੰਡ ਟਾਈਮ ਵੱਢ ਕੇ ਪਾਵਾਂਗਾ ਉਹਨਾਂ ਨੂੰ, ਬੜੀ ਸ਼ੌਕ ਨਾਲ ਪੱਤੇ ਖਾਣ ਜਾ ਰਹੇ ਰਹੇ ਨੇਗੇ, ਪਿਆਰੇ ਪਿਆਰੇ ਨਵੇਂ ਪੱਤੇ ਲੱਗ ਰਹੇ ਨੇਗੇ, ਅਤੇ ਬੇਰ ਇਸ ਵਾਰੀ ਇਹਨਾਂ ਤੋਂ ਬਹੁਤ ਜ਼ਿਆਦਾ ਲੱਗਣਾ, ਬੂਰ ਜੇ ਲੱਗੀ ਸੀ ਸਾਰੀ ਗਿਰ ਗਈ ਬਾਰਿਸ਼ਾਂ ਦੀ ਵਜ੍ਹਾ, ਨਵੀਂ ਲੱਗੇਗੀ। ਮਾਸ਼ਾਅੱਲਾ ਇਹਨਾਂ ਦੀ ਬੜੀ ਛਾਂ ਹੈਗੀ, ਗੱਲ ਬੜਾ ਸਕੂਨ ਹੈਗਾ ਇਸ ਦਰਖਤ ਦਾ, ਅਗਰ ਅਸੀਂ ਵਟਾ ਦਿੰਦੇ ਨਾ ਜਿਨ੍ਹਾਂ ਨੇ ਇਤਨਾ ਨਹੀਂ ਆਉਂਦਾ, ਇਸ ਵਜ੍ਹਾ ਤੋਂ ਅਸੀਂ ਇਹ ਨਾ ਵਟਾਵਾਂ ਦੀ ਵਜ੍ਹਾ ਤੋਂ ਨਾ ਉੱਧਰ ਥੋੜ੍ਹਾ ਜਿਹਾ ਘਰ ਅੱਗੇ ਕੱਢ ਲਿਆ ਸੀ, ਇੱਥੋਂ ਨਹੀਂ ਕੱਢਿਆ ਹੈਗਾ ਅਸੀਂ, ਕਿਹਾ ਇਹ ਤਾਂ ਬਿਲਕੁਲ ਤੁਹਾਨੂੰ ਪਤਾ ਐਗਜੈਕਟ ਜਿਹੜਾ ਨਾ ਇਹਦੇ ਨਾਲੋਂ ਹੀ ਐਰਾ ਕੱਢਿਆ ਹੋਇਆ, ਉਹ ਦੇਖੋ ਇਹਦਾ ਐਰਾ ਇਹਦੇ ਨਾਲੋਂ ਹੀ ਕੱਢਿਆ ਸੀਗਾ, ਲੇਕਿਨ ਅਸੀਂ ਪਟਵਾਈ ਨਹੀਂ ਸੀਗੀ ਫੇਰੇ, ਕਿਉਂਕਿ ਇਹਦੇ ਫਲ ਜਿਹੜਾ ਨਾ ਅਸੀਂ ਬੜੀ ਸ਼ੌਕ ਨਾਲ ਖਾਂਦੇ ਹਾਂਗੇ, ਬੇਰ ਬਹੁਤ ਇਹਦੇ 'ਤੇ ਲੱਗਦੇ ਆ,
ਪਿਛਲੀ ਵਾਰੀ ਤਾਂ ਲੱਗੇ ਸੀ ਇਨਸ਼ਾਅੱਲਾ ਤਾਲਾ ਇਸ ਵਾਰੀ ਉਮੀਦ ਹੈਗੀ ਲੱਗਣਗੇ, ਕਿਉਂਕਿ ਉਦੋਂ ਤਾਂ ਸਰਦੀਆਂ ਤੁਹਾਨੂੰ ਪਤਾ ਹੈਗਾ ਨਾ ਜਦੋਂ ਉਹ ਲੱਗੇ ਸੀ ਨਾ ਬੇਰ ਅਤੇ ਸੜ ਗਏ ਸੀ ਕੱਕਰ ਦੀ ਵਜ੍ਹਾ 'ਤੇ, ਇਨਸ਼ਾਅੱਲਾ ਤਾਲਾ ਇਸ ਵਾਰੀ ਜਾਣ ਉਮੀਦ ਹੈਗੀ ਕੌਣ ਠੀਕ ਲੱਗਣਗੇ। ਬਾਕੀ ਉਹ ਸਮਾਨ ਚੈੱਕ ਕਰੋ, ਇੱਥੋਂ ਤੁਹਾਨੂੰ ਇਹੀ ਦਿਖਾਵਣ ਆਇਆ ਸੀ ਮੈਂ, ਉੱਧਰ ਸਾਰੇ ਹੋਰ ਭਰਾ ਹੋ ਗਏ ਨੇ। ਸੁਬਹਾ ਸੁਬਹਾ ਟਾਈਮ ਇੱਥੇ ਕਿੰਨੇ ਪਿਆਰੇ ਬੱਦਲ ਸੀ, ਕਿੰਨਾ ਪਿਆਰਾ ਸਮਾਨ ਲੱਗ ਰਿਹਾ ਸੀਗਾ, ਕੋਈ ਨਹੀਂ ਖਾਤਾ ਹੈਗਾ। ਮੇਰੀ ਦੋਪੀ ਹੈ, ਚਲੀਏ ਥੱਲੇ ਚੈੱਕ ਕਰੋ ਜੀ। ਮਾਸ਼ਾਅੱਲਾ ਕਿੰਨੀ ਠੰਡੀ ਛਾਂ ਹੈਗੀ ਇਸ ਜਗ੍ਹਾ 'ਤੇ, ਦਿਲ ਕਰਦਾ ਬੰਦਾ ਚਾਰ ਪਾਈ ਪਾ ਕੇ ਬਹਿ ਗਿਆ ਥੱਲੇ ਹੀ, ਐਵੇਂ ਛਾਂ ਹੋਈ ਵੀ ਹੈਗੀ। ਬਾਕੀ ਬੱਚੇ ਜਿਹੜੇ ਨਾ ਉਹ ਸਾਹਮਣੇ ਝੂਲੇ ਲੈਂਦੇ ਫਿਰਦੇ ਨੇਗੇ, ਕੁਰਾਨੇ ਪਾਕ ਦਾ ਸਬਕ ਪੜ੍ਹਨ ਆਏ ਹੋਏ, ਲੇਕਿਨ ਜੇ ਸਬਕ ਪੜ੍ਹਾਉਂਦੀ ਆਂਟੀ ਹੈਗੀ ਉਹ ਇੱਥੇ ਫਿਰਦੀ ਨਹੀਂ ਹੈਗੀ ਗੱਲ, ਅਤੇ ਸਾਰੇ ਜਿਹੜੇ ਨੇ ਝੂਲੇ ਲੈ ਰਹੇ। ਨੂਰ ਤਾਂ ਕਹਿੰਦੀ ਪਈ ਸੀਗੀ ਅੱਗੇ, ਕਹਿੰਦੀ ਮੈਂ ਕੁਰਾਨੇ ਪਾਕ ਦਾ ਸਬਕ ਪੜ੍ਹਨ ਜਾਣ ਲੱਗੀ। ਸਾਰੇ ਬੱਚੇ ਜਿਹੜੇ ਖੇਡਦੇ ਫਿਰਦੇ ਨੇ ਇੱਥੇ, ਇਹ ਵੀ ਖੇਡਣ ਜਾਣ ਲੱਗੇ ਨੇ। ਸੁਨੈਣ ਤੂੰ ਕਿੱਥੋਂ ਆਇਆ, ਕਿੱਥੇ ਗਿਆ ਸੀ, ਦੁਕਾਨ ਤੋਂ ਕੀ ਲਵਾਂ, ਹੈਂ ਸੂਈ। ਅੱਛਾ ਇਹਨੇ ਨਾ ਇਹਦੇ ਲਵਾ ਲਏ ਸੀ ਮੇਰੇ ਕੋਲ ਪੈਡਲ, ਜਿਹਨੂੰ ਸਟੈਂਡ ਲਵਾ ਦਿੰਦੇ ਹਾਂ ਨਾਲ, ਐਵੇਂ ਦੀਵਾਰ ਦਾ ਹੀ ਲਾ ਕੇ ਰੱਖਦਾ, ਬਹੁਤ ਇਹਨੂੰ ਵਜਾਉਂਦਾ ਹੈ। ਸੁਨੈਣ ਕਰੀ ਕਹਿੰਦਾ ਇਹਨੂੰ ਬੁਲਾ ਕੇ ਤੁਹਾਨੂੰ ਚੈੱਕ ਕਰਾਉਣਾਗੇ, ਬੜੀ ਹੈਵੀ ਸਾਈਕਲ ਚਲਾਉਂਦਾ, ਇੱਥੇ ਅੰਦਰ ਹੀ ਬੜਾ ਵਜਾਉਂਦਾ ਫਿਰਦਾ ਹੁੰਦਾ। ਹੁਣ ਬੰਦਾ ਫੁੱਲ ਟ੍ਰੇਨ ਹੋ ਗਿਆ, ਚੈੱਕ ਕਰੋ। ਹੁਣ ਤੈਨੂੰ ਵੱਡੀ ਸਾਈਕਲ ਲੈ ਦੇਵਾਂਗੇ, ਉਦੋਂ ਵੱਡਾ ਹੁੰਦਾ ਯਾਰ, ਨੂਰ ਨੂੰ ਦੇ ਦੇਵਾਂਗੇ, ਠੀਕ ਹੈ ਨਾ। ਬ੍ਰੇਕ ਬਰੂਕ ਕਹਿੰਦੀ ਲਾਉਂਦਾ ਹੀ ਨਹੀਂ, ਮੈਨੂੰ ਲੱਗਦਾ ਵਜਾਉਂਦਾ ਹੀ ਹੁੰਦਾ ਤੂੰ। ਬਾਹਰ ਗਲੀ ਤੇਰੇ ਤਿੰਨ ਚਾਰ ਮੈਨੂੰ ਦੋਸਤਾਂ ਦੱਸਿਆ, ਇੱਕ ਦੋ ਵਾਰੀ ਗਿਰਨ ਲੱਗਿਆ ਤਾਂ ਬੰਦਾ ਬਣ ਜਾ, ਠੀਕ ਹੈ ਨਾ, ਬਜਾਈ ਨਾ ਕਰ ਜ਼ਿਆਦਾ ਤੇਜ਼, ਬਸ ਐਵੇਂ ਮੱਠੀ ਮੱਠੀ ਚਲਾਈ। ਅਤੇ ਉਧਰ ਆਇਸ਼ਾ ਨੇ ਕੱਪੜੇ ਧੋਤੇ ਨੇ, ਅੰਮੀ ਜਾਨ ਨੇ ਇੱਥੇ ਉੱਤੇ ਸੁੱਕਣੇ ਪਾ ਰਹੀਆਂ ਨਹੀਂ ਹੈ, ਕਿਉਂਕਿ ਧੁੱਪ ਚੰਗੀ ਨਿਕਲੀ ਹੋਈ ਹੈਗੀ, ਹੁਣ ਹੀ ਸੁੱਕ ਜਾਣੇ ਨਹੀਂ ਹੈ। ਇਸ ਤਰ੍ਹਾਂ ਕਿ ਤੁਹਾਨੂੰ ਕੱਲ੍ਹ ਸ਼ਾਮ ਵਾਲੀ ਵੀਡੀਓ 'ਚ ਦੱਸਿਆ ਸੀਗਾ ਕਿ ਆਪਣਾ ਨਾ ਟਾਈਮ ਟੇਬਲ ਪੱਕਾ ਹੋਇਆ ਕਰੇਗਾ ਇਨਸ਼ਾਅੱਲਾ ਤਾਲਾ, ਜਿਵੇਂ ਕਿ ਦੁਪਹਿਰ 'ਤੇ 12 ਵਜੇ ਇੱਕ ਵੀਡੀਓ ਆਈ ਕਰੇਗੀ, ਅਗਰ 12 ਵਜੇ ਨਹੀਂ ਆਈ, 12:15 16 ਮਿੰਟਾਂ 'ਤੇ ਨਹੀਂ ਆਈ ਵੀਡੀਓ, ਸਮਝੋ ਆਪਣੀ ਵੀਡੀਓ ਨਹੀਂ ਆਉਣੀ ਹੈਗੀ, ਜਾਂ ਸ਼ਾਮ ਦੇ 6 ਵਜੇ ਇਨਸ਼ਾਅੱਲਾ ਤਾਲਾ ਵੀਡੀਓ ਆਈ ਕਰੇਗੀ। ਹੁਣ ਇਹ ਜੀ ਆਪਣੀ ਵੀਡੀਓ 6 ਵਜੇ ਇਨਸ਼ਾਅੱਲਾ ਤਾਲਾ ਜਾਵੇਗੀ, ਮੈਂ ਕੋਸ਼ਿਸ਼ ਫੁੱਲ ਕਰਾਂਗਾ, ਕਿਉਂਕਿ ਕਦੀ ਕਦੀ ਸਿਗਨਲ ਥੋੜ੍ਹਾ ਬਹੁਤ ਮਸਲਾ ਬਣਦਾ, ਅਗਰ ਨਹੀਂ ਵੀ ਅਪਲੋਡ ਹੁੰਦੀ ਤਾਂ ਮੈਂ ਚੇਂਜ ਕਰ ਲਿਆ ਕਰਾਂਗਾ, ਫਿਰ 6 ਵਜੇ ਅਗਰ ਨਹੀਂ ਹੋਈ ਵੀਡੀਓ ਫਿਰ ਉਸ ਤੋਂ ਅਗਲੇ ਦਿਨ 12 ਵਜੇ ਵੀਡੀਓ ਆਈ ਕਰੇਗੀ, ਇਸ ਤਰ੍ਹਾਂ ਰੂਟੀਨ ਹੋਈ ਕਰੇਗੀ। ਸੁਨੈਣ ਸਾਹਿਬ ਜਿਹੜੇ ਨੇ ਇਹਨਾਂ ਨੂੰ ਮੁਰਗੀਆਂ ਦੇ ਪਿੱਛੇ ਮਿਲਾਇਆ, ਮੈਂ ਕਿ ਇਹਨਾਂ ਨੂੰ ਪਕੜੋ, ਕਿਉਂਕਿ ਨਾ ਫਰਸ਼ ਜਿਹਾ ਖਰਾਬ ਕਰ ਰਹੇ ਨੇਗੇ, ਕਾਬੂ ਹੀ ਨਹੀਂ ਆਉਂਦੇ। ਆਵਾਂ ਮੈਂ ਵੀ ਨਾਲ ਹੈਲਪ ਕਰਾਵਾਂ, ਅੱਗੇ ਅੱਗੇ ਲੱਗ ਕੇ ਵੱਜੇ ਫਿਰਦੇ ਨੇ ਸਾਰੇ, ਡੱਕ ਡੱਕ ਕੇ ਨਾ ਸਾਰਿਆਂ ਨੂੰ ਡੱਕ, ਕਿਉਂਕਿ ਨਾ ਫਰਸ਼ ਖਰਾਬ ਕਰ ਰਹੇ ਨੇ, ਗੰਦਾ ਹੋ ਜਾਵੇਗਾ, ਫਰਸ਼ ਹੁਣ ਹੀ ਧੋਤਾ ਹੈਗਾ। ਚੱਲ ਆ ਜਾ ਇੱਧਰ ਆ ਇੱਧਰ ਲਾ, ਅਸਲ ਮੁਰਗੀਆਂ ਤੇ ਇੱਧਰ ਛੁਪੀਆਂ ਬੈਠੀਆਂ ਨੇਗੀਆਂ, ਕਿੱਥੇ ਗਈਆਂ, ਫੜੋ ਫੜੋ ਓਏ ਪਕੜ ਪਕੜ ਪਕੜ, ਸਾਰੀਆਂ ਨਿਕਲ ਆਈਆਂ, ਹੁਣ ਪਕੜ ਗੰਜੀ ਨੂੰ, ਪਹਿਲੇ ਫਦਨਾ ਗੰਜੀ ਨੂੰ, ਕਿੱਥੇ ਜਾਵੇਗੀ, ਕਾਬੂ ਆ ਗਈ, ਉੱਡੀ ਜਾਂਦੀ ਪਕੜੀ ਗਈ ਹੈ ਗੰਜੀ। ਇੱਜ਼ਤ ਨਾ ਇੱਜ਼ਤ ਨਾ ਪਕੜੀਆਂ ਜਾਓ, ਇੱਜ਼ਤ ਨਾ, ਇਹ ਸ਼ਾਮ ਟਾਈਮ ਹੀ ਆਪਣੇ ਆਪ ਜਾਂਦੀਆਂ ਨੇ ਉਹਦੇ ਥੱਲੇ, ਟੋਕਰੇ ਤੇ ਉਂਝ ਨਹੀਂ ਜਾਂਦੀਆਂ ਨੇ, ਅੱਗੋਂ ਉਸ ਨੇ ਪਰ ਅੱਗੋਂ ਪਕੜੀ ਗਈ, ਹੋਰ ਫੇਕ ਰਹਿ ਗਈ, ਇੱਕ ਹੀ ਰਹਿ ਗਈ, ਫੜ ਸੁਨੈਣ ਇਹਨੂੰ, ਪਕੜ ਪਕੜ ਪਕੜ, ਪਕੜੀ ਗਈ, ਲੈ ਅੱਜ ਚੱਲ ਡੱਕ ਦੇ ਇਹਨੂੰ, ਓਏ ਹੋਏ ਹੋਏ ਹੋਏ, ਬਾਕੀ ਠੀਕ ਹੈ
ਇਹੋ ਜਿਹੀ ਵੀਡੀਓ ਤੇ ਖਤਮ ਕਰਨਾ ਤੁਹਾਨੂੰ ਚੱਲ ਗਿਆ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਕਰ ਲੈਣਾ। ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼। ਨਾ ਨੂੰ ਕੇ ਥੋੜ੍ਹੀ ਬਹੁਤੀ ਰੈਸਟ ਕਰਨਾ, ਰੈਸਟ ਤਾਂ ਨਹੀਂ ਆਉਣੀ, ਇਹੀ ਹੈਗਾ ਅੰਦਰ ਲੇਟ ਕੇ ਅਤੇ ਵੀਡੀਓ ਜਿਹੜੀ ਅਪਲੋਡ ਕਰਦਾ ਰਹਾਂਗਾ। ਪਹਿਲੀ ਵੀਡੀਓ 6 ਵਜੇ ਇਨਸ਼ਾਅੱਲਾ ਤਾਂ ਅਪਲੋਡ ਕਰਨੇ, ਉਸ ਤੋਂ ਬਾਅਦ ਜਿਹੜਾ ਦੇਖਣੇ ਅੱਜ ਰੂਟੀਨ, ਬਾਕੀ ਤੁਹਾਡੀ ਨਵੀਂ ਵੀਡੀਓ ਸ਼ੇਅਰ ਕਰਨੇ ਆ।